ਗੱਡੀ ਕਿੱਥੋਂ ਦੇਵਾਂਗੇ? ਗੱਡੀ ਤਾਂ ਅਗਲੇ ਦੀ ਦੇਣੀ ਪੁਸਤਾ ਹੁਣ ਜਾ ਫਿਰ ਮੈਂ ਦੱਸਦਾ ਨਾ ਵੀ ਤਾਂ ਪਹਿਲੇ ਤਾਂ ਸਾਲਾ ਪੈਸੇ ਨਹੀਂ ਦਿੰਦਾ ਸੀ ਤਾਂ ਹੀ ਤਾਂ ਗੱਡੀ ਵੇਚੀ ਹੈ ਚੱਕ ਕੇ। ਤੇਰਾ ਉਸਤਾਦ ਆ ਉਹ ਤੇ ਮੈਂ ਉਸਤਾਦਨੀ, ਠੀਕ ਹੈ? ਚਾਚੀ ਨੇ ਕਿਹਾ ਕਰ ਮੈਨੂੰ ਉਸਤਾਦਨੀ ਉਸਤਾਦਨੀ ਨੂੰ ਕਹਾ ਜੀ ਮੈਂ ਤਾਂ ਇੱਥੋਂ ਜੀਵ ਤੇ ਸੱਪ ਲੜਾਉਣੇ ਸਿੱਖੇ ਸੀ। ਪਤਲੀ ਪਤੰਗ ਆ ਨਾ ਖਾ ਖਾ ਕੇ ਅੰਨ ਖਲਦੀ ਬੋਰੀ ਵਰਗੀ ਨਹੀਂ ਮਾਰਾ ਮੂੰਹ ਤੇ ਤੇਰੇ ਖਿੱਚ ਲੈ ਬੇਰੀਆ ਖਿੱਚ ਲੈ ਕਿਉਂ ਬਸ ਸਮਾਰੀ ਪਈ ਆ ਮੇਰਾ ਉਸਤਾਦ ਉਹ ਸਮਾਨ ਲੈਣ ਗਿਆ ਹੋਇਆ ਪਾਤਰਾ। ਆਹੋ ਰੋਜ਼ ਹੀ ਐਂ ਕਹਿ ਉਹ ਐਸੀ ਬੁਲਬੁਲ ਕਰੀ ਅਸੀਂ ਸ਼ਿਮਲੇ ਜਾਣਾ ਸਾਡੀ ਗੱਡੀ ਨਹੀਂ ਸਮਾਰ ਕੇ ਦਿੰਦੇ ਨਾ ਸਮਾਰ ਤੇ ਤੁਸੀਂ ਗੱਡੀ ਤੋਂ ਉਹਨਾਂ ਦੀ ਤਾਂ ਚਾਰ ਪਣ ਬੁਲਬੁਲ ਆਈ ਜੀ ਦੇਖ 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 ਜੀ ਮੀ ਉਹਦਾ ਨਾਂ ਸੁਣ ਕੇ ਕਿਵੇਂ ਚੌਰੇ ਦੇ ਮੂੰਹ ਤੇ ਹੱਸੀ ਆਉਂਦੀ ਹੈ। ਬੜਾ ਬੁੱਧੂ ਬੰਦਾ ਨਿਕਲਿਆ ਕਿਉਂ ਹੈ ਪਹਿਲਾਂ ਤਾਂ ਤੂੰ ਬੁਲਬੁਲ ਵਾਲੇ ਆਹ ਕਰੀ ਜਾਂਦਾ ਸੀ ਵੀ ਹਾਂ ਆਏ ਆਹੋ ਆਏ ਉਹਦੀ ਗੱਡੀ ਆਪੇ ਕਿਰਾਏ ਤੇ ਤੋਰਤੀ ਆਪੇ ਮੈਨੂੰ ਮਾੜਾ ਬਣਾ ਤਾ ਉਹਦੇ ਮੂਰੇ ਫਾਇਦਾ ਬਈ ਨਾਟਕੇ ਰਾਣੀ ਚੱਕਰਾਂ ਤੇ ਕਰ ਦਿੰਦੀ ਉਹ ਇੱਕ ਗੋਲੀ ਜੀ ਗਿਣ ਲਾ ਕਿੰਨੀਆਂ ਕਰੀਆਂ 2, 4, 6, 5 ਮਹੀਨੇ ਦਾ ਕੋਟਾ ਤਾਂ ਪਿਆ ਦੇਖ ਵੀ ਨਾ ਲਵੇ ਉਹਨੇ ਪਤਾ ਨਹੀਂ ਲੱਗਣਾ ਹੈਗਾ ਲੈ ਫਿਰ ਇੰਜਣ ਕਰੇ ਜਾਂਦੇ ਨੇ ਲੋਕਾਂ ਦੇ ਉਹ ਲੋਕਾਂ ਦੇ ਕਾਹਨੂੰ ਗੱਡੀਆਂ ਦੇ ਹੁੰਦੇ ਨੇ ਇੰਜਣ ਤਾਂ ਕਿਵੇਂ ਦੁਬਾਰੇ ਗਾਣਾ ਗਾਈ ਦੁਬਾਰੇ ਦੁਬਾਰਾ ਦੁਬਾਰਾ ਗਾ ਗਾਣਾ ਹੈ ਦੁਬਾਰਾ ਹੈ ਜੀ ਸਾਨੂੰ ਇੰਨਾ ਸੋਹਣਾ ਲੱਗਿਆ ਬੜਾ ਘੈਂਟ ਲੱਗਿਆ ਦੁਬਾਰੇ ਗਾ ਵੇ ਮੈਨੂੰ ਖਿੱਚ ਲੈ ਬੈਰੀਆ ਖਿੱਚ ਲੈ ਚਵਾਰੇ ਵਿੱਚੋਂ ਬਾਹ ਫੜ ਕੇ ਵੇ ਮੈਨੂੰ ਖਿੱਚ ਲੈ ਬੈਰੀਆ ਅੱਛਾ ਵੀ ਚਵਾਰੇ ਚ ਬਾਹ ਫੜ ਕੇ ਖਿੱਚਣਾ ਤੈਨੂੰ ਹਾਂ ਇੱਕ ਵਾਰ ਹੋਰ ਸੋਚ ਲੈ ਲੈ ਇਹਦੇ ਵਿੱਚ ਸੋਚਣ ਵਾਲੀ ਕੀ ਆ ਗਾਣਾ ਐਵੇਂ ਸੀ ਮੈਂ ਗਾਤਾ ਉਹ ਮੇਰੇ ਸਾਲ ਦੀਏ ਜੇ ਤੇਰੇ ਵਰਗੀ ਨੂੰ ਚਵਾਰੇ ਚ ਖਿੱਚਣ ਲੱਗ ਗਈ ਮੇਰਾ ਐ ਨਹੀਂ ਪਤਾ ਮੋਢਾ ਨਿਕਲ ਜੇ ਆ ਫੇ ਖਿੱਚ ਲੈ ਬੈਰੀਆ ਕਿਉਂ ਪਤਲੀ ਪਤੰਗ ਆ ਨਾ ਖਾ ਖਾ ਕੇ ਅੰਨ ਖਲਦੀ ਬੋਰੀ ਵਰਗੀ ਨਹੀਂ ਮਾਰਾ ਮੂੰਹ ਤੇ ਤੇਰੇ ਖਿੱਚ ਲੈ ਬੈਰੀਆ ਖਿੱਚ ਲੈ ਕਿਉਂ ਕਿਉਂ ਉਹ ਇਹੋ ਜਿਹੇ ਗਾਣੇ ਨਾ ਗਾਇਆ ਕਰ ਤੂੰ ਇਹੋ ਜਿਹੇ ਗਾਣੇ ਨਾ ਗਾਇਆ ਕਰ ਵੇ ਤੇਰੀ ਸ਼ਕਲ ਦੇਖ ਕੇ ਨਾ ਮੈਨੂੰ ਹਾਸੀ ਆਉਣ ਲੱਗ ਜਾਂਦੀ ਸਵੇਰੇ ਸਵੇਰੇ ਭੜਕਣ ਲੱਗ ਜਾਣਾ ਮੇਰੇ ਤਾਂ ਤੂੰ ਗਾਣੇ ਤੇ ਵੀ ਮੱਚ ਗਿਆ ਕਿਹੜਾ ਟਾਈਮ ਹੋਇਆ ਪਿਆ ਦੁਕਾਨ ਤੇ ਨਹੀਂ ਜਾ ਸਕਦਾ ਇੱਧਰ ਕੀ ਕਰਨ ਗਿਆ ਸੀ ਨਾਲ ਤੂੰ ਇੱਧਰ ਕੀ ਇੱਧਰ ਤੂੰ ਬਾਗ ਜਾ ਕੇ ਦੇਖ ਰਿਹਾ ਤੂੰ ਬਣ ਜਾ ਸੀਆਈਡੀ ਵਾਲਾ ਦਿਆ ਇੱਧਰ ਸੰਦ ਪਏ ਨੇ ਉਹ ਦੇਖ ਕੇ ਐਵੇਂ ਵੀ ਪਏ ਨੇ ਕਿ ਨਾ ਕਿਤੇ ਵੇਚ ਤਾਂ ਨਹੀਂ ਦਿੱਤੇ ਹੈਗੇ ਤਾਂ ਮੈਂ ਦੇਖ ਲੈ ਜੇ ਕੋਈ ਪੁੱਠੇ ਕੰਮ ਕਰਕੇ ਆਇਆ ਨਾ ਉਧਰ ਮਰਨੇ ਤੈਨੂੰ ਭੰਨੂ ਬਾਲ ਮੈਨੂੰ ਐ ਦੱਸ ਪਹਿਲਾਂ ਦੁਕਾਨ ਤੇ ਕਾਤੋਂ ਨਹੀਂ ਗਿਆ ਹਜੇ ਤੱਕ ਉਹ ਜਾਨਾ ਦੁਕਾਨ ਤੇ ਪਤਾ ਕੀ ਮੇਰੀ ਗੱਲ ਸੁਣ ਬਹਿ ਜਾ ਹਾਂ ਪਤਾ ਕੀ ਹੈ ਸਵੇਰੇ ਸਵੇਰੇ ਨਾ ਕਿਸੇ ਚੰਗੇ ਬੰਦੇ ਦਾ ਕੰਮ ਮੂੰਹ ਦੇਖ ਕੇ ਕੰਮ ਕਰੋ ਤਾਂ ਕੰਮ ਵਧੀਆ ਲੰਘਦਾ ਸਵੇਰੇ ਸਵੇਰੇ ਤੇ ਮੇਰੇ ਸਾਲ ਦੇ ਤੇਰੇ ਪੇਕਿਆਂ ਵਰਗੀਆਂ ਬਗਾਰਾਂ ਆ ਜਾਂਦੀਆਂ ਨੇ ਮਤਲਬ ਕਿ ਵੀ ਹੋ ਵੀ ਫਾਲਤੂ ਜੇ ਬੰਦੇ ਆ ਜਾਂਦੇ ਨੇ ਜਿਵੇਂ ਹੁਣ ਮੇਰਾ ਸਾਲ ਹੈ ਕਿਵੇਂ ਅੱਖਾਂ ਕੱਢਦੀ ਆ ਮਾਰਾਂ ਅੱਖਾਂ ਦੇ ਡੇਲੇ ਕੱਢ ਕੇ ਇੱਥੇ 12 ਤਰੇ ਮੈਨੂੰ ਐ ਦੱਸ ਮੇਰੇ ਪੇਕੇ ਤੇ ਤੂੰ ਇੰਨਾ ਮੱਚਦਾਂਗਾ ਉਹਨਾਂ ਦਾ ਕੋਈ ਕੰਮ ਕਰਕੇ ਰਾਜ਼ੀ ਨਹੀਂ ਨਾਲੇ ਆ ਦੱਸ ਵੀ ਆ ਕਿਹਦਾ ਚੱਕ ਲਿਆ ਇਹ ਤੂੰ ਹੁਣ ਉਹ ਇਹ ਉਹਦਾ ਚੇਲੇ ਦਾ ਆਪਣੇ ਦਾ ਉਹਨੇ ਨਵਾਂ ਲਿਆ ਆਖੇ ਕਹਿੰਦਾ ਮੈਂ ਤਾਂ ਉਹ ਮੋਟਰਸਾਈਕਲ ਲਾਉਂ ਜੀ ਤੇ ਕਹਿੰਦਾ ਪੌੜੀ ਲਾ ਕੇ ਚੜਿਆ ਕਰਦੇ ਨੇ ਆਪਾਂ ਐਂ ਕਰਦੇ ਆ ਆਪਾਂ ਚੱਲ ਕੇ ਨਾ ਆਈਏ ਤੇ ਸ਼ਿਮਲੇ ਨਾ ਬਈ ਮੈਨੂੰ ਤਾਂ ਡਰ ਲੱਗਦਾ ਡੇਕ ਕੇ ਰੱਖ ਦੇਗਾ ਹੋਰ ਮੇਰਾ ਗੋਡਾ ਤੋੜ ਦੇਗਾ ਰੋਟੀ ਵੀ ਨਹੀਂ ਪਕਾ ਕੇ ਦੇਣੀ ਕਿਸੇ ਕੰਜਰ ਨੇ ਮੈਨੂੰ ਤਾਂ ਉਹ ਰੋਟੀਆਂ ਨੇ ਤਾਂ ਮੈਂ ਆਪੇ ਰੱਖ ਲੂੰ ਪਰ ਇਹ ਤੂੰ ਉੱਥੇ ਡੇਕ ਕੇ ਮੈਂ ਨਿਬੇੜੂ ਤੇਰਾ ਕੰਮ ਜਾਂ ਸਿਆਪਾ ਨਿਬੜੂ ਤੇਰਾ ਹਾਏ ਮੈਂ ਮਰ ਜਾ ਬੂ ਜੇ ਤੇਰਾ ਬੇੜਾ ਬਹਿ ਜੇ ਤੂੰ ਹੋ ਜੇ ਨਰਕ ਚ ਮਰਨੇ ਮੇਰਾ ਸਵੇਰੀ ਮੱਚਣ ਲੱਗ ਜਾਂਦੀ ਸਵੇਰੀ ਹੁਸਨ ਦੇਖ ਕੇ ਮੇਰਾ ਨਾ ਉਹਦੀ ਤੱਪ ਜਾਂਦੀ ਹੈ ਵੀ ਹਾਂ ਵੀ ਇੰਨਾ ਸੋਹਣਾ ਸਨੱਖੀ ਪੱਗ ਕਿਉਂ ਬੰਨ ਲੈਂਦਾ ਇਹ ਰਾਂਝਾ ਨਾ ਤੂੰ ਸਾਰੀ ਦੁਨੀਆ ਤੇਰੇ ਤੇ ਡੁੱਲੀ ਬੈਠੀ ਹੈ ਤੂੰ ਹੀ ਆ ਦੁਨੀਆ ਤੇ ਕੱਲਾ ਹੋਰ ਤਾਂ ਇੰਨੀ ਲੋਕਾਂ ਦੇ ਬੰਦੇ ਤਾਂ ਮਰ ਗਏ ਤੂੰ ਹੀ ਇਕੱਲਾ ਮੇਰਾ ਬੰਦਾ ਰਾਂਝਾਗਾ ਕਿ ਲਾਦਾ ਨਹੀਂ ਬੋਰਡ ਮੈਂ ਵੀ ਮੇਰਾ ਬੰਦਾ ਰਾਂਝਾਗਾ ਨਾ ਤੂੰ ਲੋਕਾਂ ਦੇ ਬੰਦੇ ਦੇਖਦੀ ਫਿਰਦੀ ਨਾ ਤੂੰ ਲੋਕਾਂ ਦੇ ਬੰਦੇ ਦੇਖਦੀ ਫਿਰ ਮਾਰਦਾ ਤੇਰਾ ਗਲ ਘੋਟ ਕੇ ਤੈਨੂੰ ਟੁੱਟ ਪੜੇ ਮੈਂ ਕਿਹਦਾ ਬੰਦਾ ਦੇਖਿਆ ਆਪੇ ਤਾਂ ਕਹਿੰਦੀ ਲੋਕਾਂ ਦੇ ਬੰਦੇ ਰਾਂਝੇ ਨੇ ਫਲਾਣਾ ਐ ਤੇ ਕਿਹੜਾ ਨਾ ਤੂੰ ਰਾਂਝਾ ਕੰਜਰਾ ਤੂੰ ਅੱਛਾ ਮਤਲਬ ਵੀ ਵਧੀਆ ਲੱਗਦਾ ਹੈ ਵਿਆਹੋ ਵੀ ਤੂੰ ਬੜਾ ਸੋਹਣਾ ਨਹੀਂ ਹੈਗਾ ਚੁੱਪ ਕਰਕੇ ਬਾਜਾ ਫੁਕਰੀਆਂ ਜਿਹਾ ਮਾਰ ਤੈਨੂੰ ਮੈਂ ਦੁਕਾਨ ਖੋਲਣ ਨੂੰ ਕਿਹਾ ਨਾ ਮੈਨੂੰ ਐਂ ਦੱਸ ਦੁਕਾਨ ਤੇ ਇੰਨੇ ਪੈਸੇ ਲਾ ਤੇ ਐਡੀ ਦੁਕਾਨ ਪਾਈ ਕਾਹਦੇ ਵਾਸਤੇ ਆ ਜੇ ਕੰਮ ਨਹੀਂ ਕਰਨਾ ਵੀ ਉਹ ਜਿਹਾ ਨਿਕੰਮਾ ਤੂੰ ਚੇਲਾ ਰੱਖ ਰਿਹਾ ਨਾ ਉਹ ਕੰਮ ਕਰੇ ਨਾ ਲੋਕ ਘਰੇ ਲਾਂਬੇ ਲੈ ਆਉਂਦੇ ਨੇ ਗੱਡੀ ਸਮਾਰ ਦਿਓ ਕਿਸੇ ਦੀ ਸਮਾਰ ਦਿਓ ਕਿਹੜਾ ਆ ਗਿਆ ਤੇਰੇ ਕੋਲ ਲਾਂਬਾ ਲੈ ਕੇ ਵੱਡੀ ਮੂੰਹ ਵਾਲੀਏ ਉਹ ਆਈ ਸੀ ਬੁਲਬੁਲ ਕਹਿੰਦੀ ਅਸੀਂ ਸ਼ਿਮਲੇ ਜਾਣਾ ਸਾਡੀ ਗੱਡੀ ਨਹੀਂ ਸਮਾਰ ਕੇ ਦਿੰਦੇ ਨਾ ਸਮਾਰ ਦੋ ਤੁਸੀਂ ਗੱਡੀ ਤੇ ਉਹਨਾਂ ਦੀ ਤਾਂ ਚਾਰ ਪਾਣਾ ਬੁਲਬੁਲ ਆਈ ਸੀਗੀ ਦੇਖ 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 ਤੀਮੀ ਉਹਦਾ ਨਾਂ ਸੁਣ ਕੇ ਕਿਵੇਂ ਚੌਰੇ ਦੇ ਮੂੰਹ ਤੇ ਹਾਸੀ ਆਉਂਦੀ ਆ ਮੇਰੀ ਗੱਲ ਸੁਣ ਲਾ ਉਹਨੂੰ ਇੰਨੀ ਹਾਸੀ ਆਈ ਉਹਦਾ ਨਾਂ ਸੁਣ ਕੇ ਕੀ ਗੱਲ ਵੇ ਕਾਟੇ ਕੁੱਟ ਤਾਂ ਨਹੀਂ ਪਸਾਰਖੀ
ਉਹ ਮੇਰੇ ਸੜਦੀਏ ਮੈਂ ਤਾਂ ਤੇਰੇ ਨਾਲੇ ਫਸਿਆ ਹੋਇਆ ਮੇਰੀ ਗਾਟੀ ਕਿੱਥੇ ਫਸੂਗੀ ਨਾਲੇ ਜਿੱਦੇ ਤੇਰੇ ਨਾਲ ਫਸਿਆ ਸੀ ਉਦੋਂ ਬਾਅਦ ਤਾਂ ਕਿਸੇ ਫਸਣ ਜੋਗਾ ਰਹੀ ਨਹੀਂ ਮੈਂ ਚੰਗਾ ਬਕਵਾਸ ਨਾ ਮਾਰਿਆ ਕਰ ਦੁਕਾਨ ਤੇ ਬਾਜਾ ਟਾਈਮ ਦੇਖ ਲੈ ਕਿੰਨਾ ਹੋਇਆ ਪਿਆ ਚੱਲ ਜਾਣਾ ਚੰਗਾ ਆਹੋ ਹੁਣ ਤੂੰ ਉੱਠ ਖੜ ਕਿ ਜੇਸੀਬੀ ਮੰਗਾਵਾਂ ਤੈਨੂੰ ਠਾਉਣ ਵਾਸਤੇ ਕੱਢਦੀ ਆ ਦੰਦ ਮਾਰੂ ਮੁੱਕੀ ਤੇਰੇ ਤੂੰ ਮੇਰੇ ਦੀ ਬੱਚੀ ਜਾਇਆ ਕਰ ਆਪ ਦਾ ਸੁੱਕ ਕੇ ਤੀਲਾ ਹੋਇਆ ਪਿਆ ਮੈਨੂੰ ਤਾਂ ਮਾੜੀ ਮੋਟੀ ਮੋਟੀ ਰਹਿਣ ਲੈਂਦੇ ਤੇਰੀਆਂ ਨਜ਼ਰਾਂ ਖਾ ਗਈਆਂ ਤੇਰੀਆਂ ਨਜ਼ਰਾਂ ਖਾ ਗਈਆਂ ਬਹੁਤ ਸੋਹਣਾ ਸੁਨੱਖਾ ਹੁੰਦਾ ਤੇ ਬਹੁਤ ਐ ਲਾ ਲਾ ਵੀ ਜਦੋਂ ਮੈਂ ਜਾਂਦਾ ਸੀ ਨਾ ਪਿੰਡ 'ਚ ਆਸ਼ਾਸ਼ ਕਰਦੇ ਸੀ ਹਾ 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 ਸੁੱਖਾ ਮਿਸਤਰੀ ਜਾਂਦਾ ਹੈ ਸੁੱਖਾ ਮਿਸਤਰੀ ਥੱਲੇ ਉਤਰਿਆ ਫੁਕਰੀ ਤੋਂ ਥੱਲੇ ਉਤਰਿਆ ਕਰ ਰੋਟੀ ਡਫਲਾ ਖਾ ਲੈਣਾ ਐ ਕਰੀ ਟੀਪਨ 'ਚ ਪਾ ਦੀ ਮੇਰੇ ਸੜਦੀ ਇਹ ਗੈਂਡੀ ਜੀ ਤੰਗ ਨਹੀਂ ਕਰੀ ਜਾਂਦੀ ਹੈ ਇਹ ਤਾਂ ਕੀ ਹੱਲ ਕਰਾਂ ਜਾਂ ਤਾਂ ਮੇਰੇ ਸੜਦੀ ਨੂੰ ਖਵਾ ਖਵਾ ਕੇ ਤਾਂ ਪਟਾਕਾ ਹੀ ਪਾ ਦੇਣਾ ਜਾਂ ਇਹਦੀ ਰੋਟੀ ਬੰਦ ਕਰ ਦੇਣਾ ਸੁੱਕੀ ਹੋ ਜੂਗੀ ਤੀਲੇ ਵਰਗੀ ਬਣਾ ਦੇ ਰੋਟੀ ਮੇਰੇ ਸਾਲੇ ਦਾ ਐਂ ਨਹੀਂ ਹੈਗਾ ਵੀ ਟਾਈਮ ਨਾਲ ਆ ਜੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਉਸਤਾਦ ਇਹ ਹੈ ਕਿ ਮੈਂ ਆ ਰੋਜ਼ ਇੱਥੇ ਆ ਕੇ ਅੱਧਾ ਘੰਟਾ ਪਹਿਲਾਂ ਬੈਠਣਾ ਪੈਂਦਾ ਚੌਂਕੀ ਦੇਣੀ ਪੈਂਦੀ ਹੈ ਪਤਾ ਨਹੀਂ ਕਿੱਥੇ ਮਰਦਾ ਹੋਊ ਮੇਰੇ ਸਾਲੇ ਦਾ ਵੀ ਆ ਜਾ ਟਾਈਮ ਨਾਲ ਆ ਜਾ ਕੋਈ ਮਾੜਾ ਮੋਟਾ ਚਾਹ ਪਾਣੀ ਕਰਾਂਗੇ ਕੋਈ ਧੂਫ ਬੱਤੀ ਕਰਾਂਗੇ ਦੋ ਪੈਸੇ ਲਵਾਂਗੇ ਕਿਸੇ ਤੋਂ ਤੁਹਾਨੂੰ ਮੇਰੇ ਸਾਲੇ ਅੱਗੇ ਵਧਣ ਦਿੰਦੇ ਨੇ ਘਰੇ ਉਹ ਤੋਪ ਜੀ ਨਹੀਂ ਹਟਦੀ ਹੈਗੀ ਇੱਥੇ ਆਹ ਮਲੰਗ ਮੇਰੇ ਸਾਲੇ ਦਾ ਤੁਸੀਂ ਭੁੱਲ ਜਾਓ ਸਿਆਸਤਾਂ ਦੇ ਨਾਲ ਸਾਲੇ ਚਾਹੁੰਦੇ ਆ ਹਰਾਉਣਾ ਤੁਸੀਂ ਭੁੱਲ ਜਾਓ ਹਾਂ ਹੋਰ ਸੁਣਾ ਇੱਕ ਵਾਰ ਹੋਰ ਸੁਣਾ ਉਸਤਾਦ ਕਿਵੇਂ ਆ ਹਾਂ ਸੁਣਾ ਇੱਕ ਵਾਰ ਹੋਰ ਸੁਣਾ ਸਿਆਸਤਾਂ ਦੇ ਨਾਲ ਸਾਲੇ ਚਾਹੁੰਦੇ ਆ ਹਰਾਉਣਾ ਤੁਸੀਂ ਭੁੱਲ ਜਾਓ ਸਿੱਧੂ ਮੂਸੇ ਮੇਰੇ ਸਾਲਿਆ ਮੈਨੂੰ ਅੱਧਾ ਘੰਟਾ ਹੋ ਗਿਆ ਰੇ ਬੈਠੇ ਨੂੰ ਅੱਧਾ ਘੰਟਾ ਹੋ ਗਿਆ ਤੈਨੂੰ ਰੋਜ਼ ਉਰੀ ਡੀਕਦਾ ਉਸਤਾਦ ਤੂੰ ਹੈ ਕਿ ਮੈਂ ਆ ਉਸਤਾਦ ਫਿਰ ਕੀ ਹੋ ਗਿਆ ਪੰਜ ਦਸ ਮਿੰਟ ਉੱਤੇ ਥੱਲੇ ਹੋ ਹੀ ਜਾਂਦੇ ਨੇ ਉਹ ਪਤਾ ਕੀ ਹੋਇਆ ਮੈਂ ਤਾਂ ਪਹੁੰਚ ਜਾਂਦਾ ਰਾਹ 'ਚ ਕਿਸੇ ਦੀ ਗੱਡੀ ਖਰਾਬ ਹੋ ਰਹੀ ਸੀ ਮੈਨੂੰ ਆ ਗਿਆ ਤਰਸਮਾ ਉਹ ਠੀਕ ਕਰਨ ਲੱਗ ਗਿਆ ਘੱਟੋ ਘੱਟ ਅੱਧਾ ਘੰਟਾ ਲਾਇਆ ਉੱਤੇ ਬਿਨਾਂ ਸਾਲਿਆ ਮੈਨੂੰ ਸਭ ਪਤਾ ਤੂੰ ਬਾਹਰ ਦੀ ਬਾਹਰ ਕੰਮ ਕਰਦਾ ਮੇਰੀ ਵਰਕਸ਼ਾਪ ਫੇਲ ਕਰਾਏਗਾ ਠੀਕ ਨਹੀਂ ਹੋਈ ਬਾਹਰ ਦੀ ਬਾਹਰ ਕੀ ਕਰਨਾ ਲਾਤੇ ਰੰਗ ਐਂ ਤਾਂ ਨਹੀਂ ਦੱਸਿਆ ਵੀ ਕਿਹਦਾ ਚੇਲਾ ਮੈਂ ਦੱਸਿਆ ਗਿਆ ਉਸਤਾਦ ਮੈਂ ਪਹਿਲੀ ਫੁਕਰੀ ਮਾਰਤੀ ਮਹਾ ਉਸਤਾਦ ਦਾ ਚੇਲਾ ਮੈਂ ਸੁੱਕੇ ਮਿਸਤਰੀ ਚੰਗਾ ਫੜਾ ਚਾਬੀ ਇਧਰ ਮੇਰੇ ਉਸਤਾਦ ਆਇਆ ਭਾਬੀ ਕਹਿੰਦਾ ਤੂੰ ਭੁੱਲ ਗਿਆ ਮੂੰਹ ਚੋਂ ਆਂਟੀ ਨਿਕਲ ਗਿਆ ਕਿੱਥੇ ਤੁਰਿਆ ਫਿਰਦਾ ਤੂੰ ਉਹ ਮੈਂ ਤਾਂ ਚਾਹ ਲੈਣ ਜਾਂਦਾ ਸੀਗਾ ਚਾਚੇ ਨੇ ਕਿਹਾ ਸੀ ਵੀ ਚਾਹ ਫੜ ਲਿਆ ਚੱਲ ਸ਼ੁਕਰ ਹੈ ਤੂੰ ਮੈਨੂੰ ਉਰੇ ਹੀ ਮਿਲ ਗਿਆ ਤੂੰ ਐਂ ਦੱਸ ਸਾਡੀ ਗੱਡੀ ਸਵਾਰਨੀ ਹੈ ਕਿ ਨਹੀਂ ਸਵਾਰਨੀ ਹੈਗੀ ਕਦੋਂ ਦੀ ਤੁਹਾਨੂੰ ਦਿੱਤੀ ਹੋਈ ਹੈ ਕਿਹੜੀ ਗੱਡੀ ਨਾ ਦੱਸਾਂ ਮੈਂ ਕਿਹੜੀ ਗੱਡੀ ਮੈਂ ਦਿਮਾਗ ਚੋਂ ਨਿਕਲ ਗਈ ਰੋਜ਼ ਬੀਸੀਆਂ ਗੱਡੀਆਂ ਆਉਂਦੀਆਂ ਹੁਣ ਆਏ ਕੀ ਪਤਾ ਤੁਹਾਡੀ ਗੱਡੀ ਕਿਹੜੀ ਸੀ ਆ ਜਿਹੜੀ ਹਫ਼ਤੇ ਪਹਿਲਾਂ ਮੈਂ ਤੁਹਾਨੂੰ ਦੇ ਕੇ ਗਈ ਆ ਅੱਛਾ ਉਹ ਜਿਹੜੀ ਵਰਨਾ ਜੀ ਦੀ ਮੂਹਰੋਂ ਪੰਨੀ ਤੀ ਅਬੇ ਡੰਗਰਾ ਉਹ ਨਹੀਂ ਹੈਗੀ ਹਾਂ ਯਾਦ ਕਰ ਸਵਿਫਟ ਦੇ ਕੇ ਗਈ ਆ ਮੈਂ ਤੁਹਾਨੂੰ ਉਹ ਪੈਟਰੋਲ ਤੇ ਦਿਗਾ ਤੇਲ ਤੇ ਤੀ ਵੇ ਡੀਜ਼ਲ ਤੇ ਸੀ ਕੀ ਅੰਨੇ ਆ ਅੱਛਾ ਉਹ 33 ਸਟਾਰਟ ਨੰਬਰ ਵਾਲੀ ਹਾਂ ਉਹ ਅੱਛਾ ਉਹ ਤਾਂ ਬਸ ਸਮਾਰੀ ਪਈ ਆ ਮੇਰਾ ਉਸਤਾਦ ਉਹ ਸਮਾਨ ਲੈਣ ਗਿਆ ਹੋਇਆ ਪਾਤਰਾ ਆਹੋ ਰੋਜ਼ ਹੀ ਐਂ ਕਹਿ ਦਿੰਦੇ ਹੋ ਪਹਿਲੇ ਮੇਰੇ ਘਰ ਵਾਲੇ ਨੇ ਆ ਕੇ ਤੁਹਾਡੇ ਕੋਲ ਦੇਖ ਲਿਆ ਹਾਰ ਕੇ ਜਦੋਂ ਗੱਲ ਨਹੀਂ ਨਾ ਮੰਨੀ ਤੁਸੀਂ ਉਹਦੀ ਮੈਂ ਹੀ ਆਉਂਦੀ ਹਾਂ ਫਿਰ ਤੁਹਾਡੇ ਕੋਲ ਉਹ ਨਹੀਂ ਨਹੀਂ ਪਤਾ ਕੀ ਗੱਲ ਹੈ ਭਾਬੀ ਸਮਾਨ ਤਾਂ ਉਹਦਾ ਮਿਲ ਗਿਆ ਸੀ ਉਹ ਰਾਹ 'ਚ ਜਾਂਦੇ ਜਾਂਦੇ ਸਾਡੀ ਆਪਦੀ ਗੱਡੀ ਖਰਾਬ ਹੋ ਗਈ ਸੀ ਪਰ ਉਹ ਸਮਾਰਨ ਲਾ ਕੇ ਪਹਿਲੇ ਨਾ ਤੂੰ ਆਪਣੀ ਆ ਗੱਡੀ ਤੂੰ ਸਵਾਰ ਆਪਣੀ ਜਿਹੜਾ ਤੇ ਇੱਥੋਂ ਬੋਲਿਆ ਨਹੀਂ ਜਾਂਦਾ ਹੈਗਾ ਕੋਈ ਗੱਲ ਨਹੀਂ ਭਾਬੀ ਰੱਬ ਦੇ ਜੀ ਆ ਗਲਤੀ ਹੋ ਜਾਂਦੀ ਆ ਰੱਬ ਤੋਂ ਵੀ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਮੈਂ ਪੇਕੇ ਜਾਣ ਤੇ ਬੈਠੀ ਆ ਫਿਰ ਮੈਂ ਸ਼ਿਮਲੇ ਘੁੰਮਣ ਵੀ ਜਾਣਾ ਆ ਪੇਕੇ ਤੈਨੂੰ ਮੈਂ ਲੈ ਜਾਣਾ ਮੈਂ ਫੜਾ ਜਾਣਾ ਗੱਡੀ ਸਾਡੀ ਵਾਲੀ ਉੱਥੇ ਵਗ ਜਾ ਨਹੀਂ ਜੀ ਸਾਡੀ ਗੱਡੀ ਸਟਾਰਟ ਕਰਕੇ ਦੇ ਜਾ ਠੀਕ ਹੈ ਪੈਸੇ ਮਿਲ ਜਾਣਗੇ ਚੱਲ ਠੀਕ ਹੈ ਫਿਰ ਐਂ ਕਰ ਤੁਸੀਂ ਹੱਥਣੇ ਆ ਜਾਓ ਹੱਥਣੇ ਪੁੱਛ ਲਿਓ ਆ ਕੇ ਜੋ ਸਮਰਗੀ ਚੱਲ ਚੰਗਾ ਚੰਗਾ ਚੱਲ ਠੀਕ ਹੈ ਭਾਬੀ ਫਿਰ ਮਿਲਦੇ ਆ ਹਾਂ ਪਰਸੋਂ ਤੱਕ ਫੜਾ ਜੀ ਸਾਨੂੰ ਗੱਡੀ ਚੰਗਾ ਚੰਗਾ ਤੇ ਤਾਂ ਸਹੀ ਬੋਲਿਆ ਜਾਂਦਾ ਨਹੀਂ ਇੱਥੋਂ ਭਾਬੀ ਇਹ ਤਾਂ ਭਾਜੀ ਧੱਕਾ ਕਰੀ ਜਾਂਦੇ ਆ ਉਸਤਾਦ ਨੂੰ ਦੱਸਣਾ ਪਊਗਾ ਵੀ ਫਰਾਰ ਹੋ ਜਾ ਕਿਤੇ ਦੁਕਾਨ ਤੇ ਆ ਜਾਏ ਤੇ ਹੋਰ ਪੱਗਾ ਖੜਾ ਹੋ ਜੇ ਚਾਚੀ ਕੋਲੇ ਜਾਂਦਾ ਇਹ ਵੀ ਗਾਹ ਪਰਿੰਡਾ ਖਾਈ ਬੈਠੀ ਉਹ ਪਤਾ ਨਹੀਂ ਕੀ ਕਹੂ ਚਾਚੀ ਕੀ ਆ ਵੇ ਸੜਕ ਦੀ ਹਾਕਾ ਮਾਰਨ ਲੱਗ ਜਾ ਕਰ ਬਹਿ ਕੀ ਕਰਾਂ ਚਾਚੀ ਸੜਕ ਤੋਂ ਚਾਚੀ ਕਹਿਣ ਲੱਗਦਾ ਉਰੇ ਆ ਕੇ ਪੂਰਾ ਹੁੰਦਾ
ਆਪਣੇ ਕੀ ਗੱਲ ਵੀ ਚਾਚੀ ਕੀ ਹੁੰਦਾ ਉਹ ਤੈਨੂੰ ਕੰਮ ਸਿਖਾਉਂਦਾ ਤੇਰਾ ਉਸਤਾਦ ਆ ਉਹ ਤੇ ਮੈਂ ਉਸਤਾਦਨੀ ਠੀਕ ਹੈ ਚਾਚੀ ਨੇ ਕਿਹਾ ਕਰ ਮੈਨੂੰ ਉਸਤਾਦਨੀ ਉਸਤਾਦਨੀ ਨੂੰ ਕਹਾਂ ਜੀ ਮੈਂ ਤੇ ਇੱਥੋਂ ਜੀਵ ਤੇ ਸੱਪ ਲੜਾਉਣੇ ਸਿੱਖੇ ਤੀ ਹੋਰ ਹੀ ਮਾਰੀਆਂ ਨੇ ਚਾਚੀ ਤੂੰ ਵੀ ਅੱਛਾ ਇਹ ਕਰ ਚਾਹ ਕਿਹਾ ਤੀ ਚਾਚੇ ਨੇ ਚਾਹ ਬਣ ਗਈ ਨਾ ਮੈਨੂੰ ਇਹ ਦੱਸ ਉਹ ਆਪ ਕਦੋਂ ਨਹੀਂ ਆਇਆ ਉਹ ਤਾਂ ਚਾਚੀ ਕੀ ਦੱਸਾਂ ਤੈਨੂੰ ਉਹ ਤਾਂ ਤੜਕੀ ਦਾ ਨਿਕਲ ਗਿਆ ਆਏ ਨਹੀਂ ਪਤਾ ਕਿੱਥੇ ਤਾਂ ਜਾਂਦਾ ਕਿੱਥੇ ਨਾ ਇੱਕ ਤਾਂ ਬੇਰਾ ਸਾਲਾ ਫੁਕਰ ਹੈ ਹਰੇਕ ਨਾਲ ਤੁਰਪੂ ਚੱਕ ਕੇ ਮੂੰਹ ਕਹੂ ਗੱਡੀ ਦਵਾ ਕੇ ਲਿਆਉਣਾ ਗੱਡੀ ਦਾ ਸੌਦਾ ਅੱਜ ਤੱਕ ਇੱਕ ਦਾ ਨਹੀਂ ਕਰਾਇਆ ਇੱਕ ਦਾ ਕਰਾਇਆ ਸੀ ਉਹ ਮੇਰੇ ਸਾਲ ਦੀ ਕਵਾੜ ਨਿਕਲ ਗਈ ਨਾ ਮੈਨੂੰ ਐਂ ਦੱਸ ਵੀ ਹਜੇ ਹੁਣ ਤਾਂ ਉਹ ਰੋਟੀ ਖਾ ਕੇ ਨਿਕਲੇਗਾ ਐਡੀ ਛੇਤੀ ਚਾਹ ਦੀ ਵੀ ਅੱਗ ਲੱਗ ਗਈ ਤੁਹਾਨੂੰ ਫਿਰ ਚਾਚੀ ਹੁਣ ਮੈਂ ਕੀ ਕਰਾਂ ਉਹਨੇ ਕਹਿਤਾ ਤਾਂ ਉਸਤਾਦ ਦੀ ਤਾਂ ਮੰਨਣੀ ਹੀ ਪਊ ਚੱਲ ਮੰਨਣੀ ਪਊਗੀ ਚਾਹ ਤਾਂ ਦੇ ਦੂ ਮੈਨੂੰ ਐਂ ਦੱਸ ਵੀ ਆਹ ਮੋਟਰਸਾਈਕਲ ਦਾ ਤੇਰਾ ਹੈਗਾ ਮੇਰਾ ਮੈਂ ਤਾਂ ਇਹ ਜਿਹਾ ਮੋਟਰਸਾਈਕਲ ਸੁਪਨੇ ਚ ਵੀ ਨਾ ਲਵਾਂ ਮੈਂ ਤਾਂ ਸਾਈਕਲ ਨਹੀਂ ਜੁੜਦਾ ਭਾਲ ਦੀ ਮੋਟਰਸਾਈਕਲ ਉਸੇ ਕਿਸੇ ਮਲਾਜ਼ਦਾਰ ਦਾ ਨਾ ਉਹ ਐਂ ਕਹਿੰਦਾ ਸੀਗਾ ਵੀ ਆਪਣੇ ਕੰਮ ਵਾਲੇ ਦਾ ਮੇਰਾ ਬੁਰਾ ਨਹੀਂ ਹੈਗਾ ਉਹ ਤਾਂ ਤੈਨੂੰ ਝੂਠ ਬੋਲਦਾ ਚਾਚੀ ਸੋਖਾ ਲੈ ਹੋਰ ਹੁਣ ਹੋਰ ਕੀ ਪਤਾ ਤੈਨੂੰ ਕੀ ਗੱਲਾਂ ਕੋਈ ਬੈਠਾ ਹੋ ਤੈਥੋਂ ਤੈਨੂੰ ਪਤਾ ਨੇ ਲੈ ਬੇਜੂ ਦਾ ਸਾਰਾ ਕੁਝ ਹੀ ਪਤਾ ਪਰ ਚੁਗਲੀ ਨਹੀਂ ਕਰਦਾ ਮੈਂ ਚੁਗਲੀ ਨਹੀਂ ਕਰਦਾ ਚਾਚੀ ਐ ਕਰੀ ਫਿਰ ਤੂੰ ਚਾਹ ਬਣਾ ਕੇ ਆਪੇ ਫੜਾਈ ਫਿਰ ਮੈਂ ਤਾਂ ਲੇਟ ਹੋ ਜੂ ਚੰਗਾ ਮੈਂ ਲੈ ਕੇ ਆਉਣੀ ਆ ਚਾਹ ਚੱਲ ਚੰਗਾ ਚਾਚੀ ਚਾਰ ਘੰਟੇ ਚ ਬੋਲਦਾ ਚਾਚੀ ਵੀ ਟੁੱਟ ਜਾਣਾ ਪਤਾ ਨਹੀਂ ਕਿੱਥੋਂ ਨਕੰਮਾ ਟੱਕਰਿਆ ਵੀ ਊਂ ਤਾਂ ਮੈਨੂੰ ਐ ਲੱਗਦਾ ਵੀ ਜੈ ਖਾਣੇ ਦਾ ਸੱਚ ਬੋਲਦਾ ਉਹ ਦੁਕਾਨ ਤੇ ਜਾ ਕੇ ਦੇਖਣਾ ਪਊ ਵੀ ਉਹ ਕੀ ਕਰਦਾ ਕੀ ਨਾ ਕਰਦਾ ਚੱਲ ਚਾਹ ਦਾ ਬਹਾਨਾ ਵੀ ਮਿਲ ਗਿਆ ਚਾਹ ਲੈ ਕੇ ਜਾਂਦੀ ਹਾਂ ਉੱਥੇ ਕੋਈ ਨਾ ਉਸਤਾਦ ਭੁੱਕੀ ਨਹੀਂ ਖਵਾਉਂਦੀ ਨਾ ਅੱਜ ਮੈਨੂੰ ਕੋਈ ਨਾ ਤੇਰਾ ਤਾਂ ਇੰਜਣ ਹੁਣ ਮੈਂ ਕਰਾਊਂਗਾ ਚਾਚੀ ਤੋਂ ਦੇਖਦਾ ਜਾ ਤੇਰਾ ਬਣਦਾ ਕੀ ਹੈ ਲੈ ਦੁਕਾਨ ਤਾਂ ਖੁੱਲੀ ਪਈ ਆ ਅੰਦਰ ਹੀ ਹੋਣਗੇ ਦੇਖਦੀ ਆ ਜਾ ਕੇ ਉਹ ਮਾਰਦੇ ਸੈਲਫ ਬਾਰੀ ਤਾਂ ਜਾਣਾ ਉਸਤਾਦ ਜੀ ਦੇਖੋ ਘੁੰਮਦਾ ਬੜਾ ਮੋਟਾ ਕਰਾ ਇਹ ਤਾਂ ਮੇਰੇ ਸਾਲ ਦੀ ਗੂੰਗੀ ਹੋ ਗਈ ਓਏ ਉਸਤਾਦ ਜੀ ਮੈਂ ਥੱਲੇ ਸੈਂਸਰ ਦੇਖਦਾ ਹਾਂ ਨਾਲੇ ਤੈਨੂੰ ਚਾਹ ਨੂੰ ਕਿਹਾ ਦੀ ਓਏ ਉਸਤਾਦ ਜੀ ਮੈਂ ਗਿਆ ਦੀ ਚਾਹ ਲੈਣ ਤਾਂ ਹਾਂ ਉਹ ਚਾਚੀ ਕਹਿੰਦੀ ਮੈਂ ਆਪੇ ਆ ਜੂਗੀ ਚਾਹ ਲੈ ਕੇ ਹਲੇ ਤੱਕ ਨਹੀਂ ਉਹ ਤਾਂ ਉਸਤਾਦ ਜੀ ਤੈਨੂੰ ਗਾਲਾਂ ਲੱਗ ਰਹੀ ਸੀ ਕੱਢਣ ਗਾਲਾਂ ਕੱਢਦੀ ਸੀ ਓਏ ਲੈ ਹੋਰ ਉਸਤਾਦ ਜੀ ਮੈਨੂੰ ਐ ਲੱਗਦਾ ਵੀ ਤੁਸੀਂ ਤਾਂ ਤੜਕੇ ਹੱਥ ਨੇ ਛਿੱਤਰ ਖਾਂਦੇ ਹੋਵੋਗੇ ਓਏ ਕਾਹਨੂੰ ਮੇਰਿਆ ਸੜਿਆ ਮੈਂ ਤਾਂ ਉਹਦੇ ਬਿਨਾਂ ਵਜਾ ਤੋਂ ਥਾਪੜੇ ਲਾ ਦੇਣਾ ਦੋ ਸਵੇਰੇ ਦੋ ਸ਼ਾਮ ਨੂੰ ਦੁਪਹਿਰੇ ਵੀ ਲਾ ਜਾਣਾ ਮੈਂ ਤਾਂ ਕਦੇ ਕਦੇ ਉਸਤਾਦ ਜੀ ਇੰਨੀ ਠੁੱਕ ਹੈ ਤੁਹਾਡੀ ਪੂਰੀ ਤੈਨੂੰ ਪਤਾ ਹੈਗਾ ਰੋਹ ਪੈਂਦਾ ਆਪਣੇ ਪੂਰੀ ਗੱਲਬਾਤ ਹੈ ਮੈਨੂੰ ਪਤਾ ਹੈ ਤਾਂ ਤੂੰ ਪੂਰਾ ਦਲੇਰ ਬੰਦਾ ਤੂੰ ਹਾਂ ਪੂਰਾ ਫੈਂਟ ਕੇ ਰੱਖਦਾ ਚੰਗਾ ਤੂੰ ਗੱਲਾਂ ਨਾ ਮਾਰਾ ਦੇਖੀ ਚੱਲ ਕੀ ਬੰਦਾ ਦੇ ਤੁਹਾਡੇ ਮੂਹਰੇ ਬੋਲਦੀ ਨਹੀਂ ਉਹ ਜਮਾ ਨਹੀਂ ਬੋਲਦੀ ਅੱਛਾ ਮੇਰੇ ਥਾਪੜੇ ਲੱਗਦੇ ਨੇ ਉਹ ਵੀ ਦਿਨ ਰਾਤ ਕਦੇ ਕਦੇ ਦੁਪਹਿਰੇ ਵੀ ਦਾ ਲੱਗ ਜਾਂਦਾ ਨਹੀਂ ਐਂ ਗੱਲ ਨਹੀਂ ਕਰੀ ਮੈਂ ਤਾਂ ਇਹਦੀ ਗੱਲ ਕਰ ਰਹੀ ਸੀ ਵੀ ਤੇਰੇ ਥਾਪੜੇ ਪੈਣਗੇ ਵੀ ਜੇ ਤੂੰ ਕੰਮ ਨਹੀਂ ਕਰੇਗਾ ਤੈਨੂੰ ਐਂ ਦੱਸ ਵੀ ਇੱਥੇ ਆ ਕੇ ਤੁਸੀਂ ਇਹੋ ਜਿਹਾ ਕੰਮ ਹੀ ਕਰਦੇ ਲੋਕਾਂ ਦੀਆਂ ਗੱਡੀਆਂ ਤਾਂ ਕਿਸ ਮਾਰਨੀਆਂ ਨੇ ਹੈ ਉਹ ਬੁਲਬੁਲ ਰੋਜ਼ ਲੰਬੇ ਲੈ ਕੇ ਆਉਂਦੇ ਉਹਦੀ ਗੱਡੀ ਨਹੀਂ ਦਿੱਤੀ ਕਿਸ ਉੱਥੋਂ ਗਲਤ ਗੱਲ ਹੈ ਕਰ ਗੱਲ ਉਸਤਾਦ ਤੂੰ ਵੀ ਇਹਦੇ ਲਾ ਦੇ ਮੇਰੇ ਸਾਲੇ ਇਹਨੇ ਮੇਰਾ ਕੀ ਕਸੂਰ ਹੈ ਇਹਨੇ ਮੈਨੂੰ ਆ ਕੇ ਐਂ ਕਿਹਾ ਵੀ ਤੈਨੂੰ ਗਾਲਾਂ ਦਿੰਦੀ ਐ ਉਸਤਾਦ ਕਹਿੰਦਾ ਹਾਂ ਤੇਰਾ ਬਹਿ ਜੇ ਬੇੜਾ ਵੀ ਲੜ ਜਾ ਤੇਰੇ ਨਾਗ ਚਾਹ ਨਹੀਂ ਮਿਲਦੀ ਮੈਨੂੰ ਫੜਾ ਦੇ ਮੈਨੂੰ ਫੜਾ ਦੇ ਚਾਚੀ ਰੱਬ ਝੂਠ ਨਾ ਬਲਾਵੇ ਇਹੋ ਜੀ ਗੱਲ ਨਹੀਂ ਤੁਹਾਡੇ ਮੈਂ ਇਹੋ ਜੀ ਗੱਲ ਨਹੀਂ ਕਰੀ ਹੈਗੀ ਮੈਂ ਕੱਚੀ ਖਾ ਕੱਪੜੇ ਲਾਉਣਾ ਖਬਰਦਾਰ ਜੀ ਗੱਡੀ ਤਾਂ ਇਹ ਸਵਾਰੂ ਤੂੰ ਘਰੇ ਚੱਲ ਨਾ ਮੈਂ ਮੜਿਆ ਇੰਜਨ ਦੇਣਾ ਹੈ ਉਹ ਮੇਰੇ ਸਾਲਿਆ ਆਏ ਆਏ ਤੇ ਬਾਈ ਦੇ ਬੇਟਾ ਤੇ ਬਾਈ ਦੇ ਬੇਟਾ ਗਾਲ ਕਰਦਾ ਨਾ ਗਾਲ ਨਹੀਂ ਕੱਢੀ ਮੇਰੀ ਗੱਲ ਸੁਣ ਮੈਂ ਚੱਲਦਾ ਕੰਮ ਇੰਜਣ ਜ਼ਰੂਰੀ ਹੈ ਪਾਤੜਾ ਭੇਜਣਾ ਇਹ ਆਹੀ ਜੀ ਕੋਈ ਗੱਲ ਨਹੀਂ ਵੀ ਤੈਨੂੰ ਕੁਛ ਕਿਹਾ ਹੋਵੇ ਨਾ ਉੱਥੇ ਖੜੀ ਤੇ ਮੈਂ ਸੁਣਨ ਲੱਗ ਰਹੀ ਸੀ ਕਹਿੰਦਾ ਸੀ ਮੇਰੇ ਥਾਪੜੇ ਮਾਰਦਾ ਹੈ ਉਹੀ ਤਾਂ ਗੱਲ ਹੈ ਚਾਚੀ ਗਲਤ ਗੱਲ ਹਾਂ ਉਸਤਾਦ ਦੱਸਿਆ ਨੂੰ ਆਹ ਦੇਖ ਲੈ ਚਾਚੀ ਕਹਿੰਦਾ ਦੱਸੀ ਨਾ ਕੁਛ ਨਹੀਂ ਉਹਨੇ ਦੱਸੀ ਨਾ ਕੁਛ ਨਹੀਂ ਕਿਹਾ ਵੀ ਤੂੰ ਆਪਦੀ ਐਂ ਕਿਹਾ ਵੀ ਆਪਦੀ ਲਾਡਲੀ ਚਾਚੀ ਨੂੰ ਤੂੰ ਗਲਤ ਕਿਉਂ ਬੋਲਦਾ ਮੈਂ ਤਾਂ ਚੁੱਪ ਕਰ ਤੂੰ ਇੱਧਰ ਚਾਚੀ ਮੈਨੂੰ ਪਤਾ ਕੀ ਕਹਿੰਦਾ ਕੋਲੇ ਆ ਕੇ ਕਹਿੰਦਾ ਕੁਛ ਨਾ ਦੱਸੀ ਮੇਰੇ ਬਾਰੇ ਕੁਛ ਨਾ ਦੱਸੀ ਹਾਂ ਹਾਂ ਰੱਖ ਦਵੇਂ ਪਤਨ ਚਾਚੀ ਟਲੂ ਉਹ ਭੱਜੂਗਾ ਚਾਚੀ ਨੂੰ ਫੜ ਲੈ ਮੈਂ ਨਹੀਂ ਹੈਗਾ ਇੱਧਰ ਨਿਕਲ ਬਾਰੇ ਨਿਕਲ ਮੈਂ ਗੱਡੀ ਠੀਕ ਕਰਕੇ ਦੇਣੀ ਹੈ ਬਸ ਗੱਡੀ ਠੀਕ ਹੋ ਗਈ ਘਰੇ ਚੱਲ ਤੂੰ ਮੈਂ ਚਾਹ ਪੀ ਲਾਂਗੇ ਆਉਨੇ ਅਸੀਂ ਲੈ ਕਰ ਲੈ ਚਾਹ ਹਾਂ ਚਾਹ ਫੜਾ ਜੱਲਿਆ ਲਓ ਫੜਾ ਦੇ ਸਿਰ ਚ ਪਾ ਦੂੰਗੀ ਗਰਮ ਚਾਹ ਮਰਨ ਜੋਗਰੇ ਦੇ ਜਾ ਫੜਾ ਦੇ ਕੋਈ ਨਾ ਮੈਂ ਆਪਾਂ ਨਹੀਂ ਕਰੀ ਤਿਆਰ ਰਹੀ ਮੈਂ ਸੂਟ ਦਵਾ ਕੇ ਲਿਆਉਂ ਤੈਨੂੰ ਹੱਥ ਨਾਲ ਮੈਂ ਤਾਂ ਸੂਟ ਲੈਣਾ ਨਹੀਂ ਤੂੰ ਘਰੇ ਚੱਲ ਦਵਾ ਲੈ ਉਹ ਸੂਟ ਲੈ ਲੋੜ ਨਹੀਂ ਦੁਕਾਨ ਬੰਦ ਕਰ ਦੇ ਬਿੱਲੇ ਨਾ ਚਾਚੀ ਮੈਂ ਤੋੜਦਾ ਨਾ ਘਰੇ ਕੋਈ ਗੱਲ ਨਹੀਂ ਬਿੱਲੇ ਮੇਰੀ ਗੱਲ ਸੁਣਾ ਉਹ ਜਿਹੜਾ ਸੂਟ ਆਪਾਂ ਦੇਖ ਕੇ ਆਈ ਦੀ ਤੇਰੀ ਚਾਚੀ ਵਾਸਤੇ ਕਿਹੜਾ ਉਹ ਪੀਲੇ ਰੰਗ ਦਾ ਨਾਲੇ ਕਹਿੰਦੀ ਗੁਲਾਬ ਗੁਲਾਬੀ ਰੰਗ 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 ਗੁਲਾਬੀ ਰ
जे तेन सवेरे सालिया भुक्की नहीं खवाई मेरी गल सुन ला मैं कुछ नहीं कहा बखरी गल तेरी चलती नहीं करे तू मेथों थापड़े खाएगा मेरे साले मैनू सब पता है सब पता तू क्यों यह जे लक्षण करता सब जानता मैं भुक्की नू मरदा यह जी कोई गल नहीं मैं तो यह जे काम की झार नहीं मारता आ जा चाह पीने चल चंगा तू पा यार चाह भैन नू कित्थों मेरे साल मजे बेटा मेरे साल रोक दस्ताल हूँ अगे की सफेदे से चाड़ेगा सत श्रीकाल भाई होर भाई ठीक हो मॉडल तो की लेना उस्ताद चलती है चाके लिया पऊ बस ओ चारे टायर नी एक स्टेयरिंग नी है इंजन नी भाई ऐ दसो कट लो यार ओदे बॉडी है बॉडी इंजन है रोज तो बेइज्जती कराउंदा मेनू सौदा करना दसो फिर किवें करोगे गड्डी दिखा ना कोई चक्कर नहीं ओ यार आए असि उही तुरे फिरदे नंग तुरे फिरदे आए यार असि फोटो ही देखेंगे फोटो दिखा देंगे भाई तू पिछे की कहंदी है गल कहंदी है तू छोटा भाई है पिछे असि तू ओदे नाल कर लेना है ता होर ही मारी जांदे ने इधर हो यार मतलब बैग भी चक्की फिरदा भी पैसे पावांगे विच लागे पैसे चल उस्ताद आ जा मेरे असल उस्ताद हां ओरे ता देख ले दुनिया भर दा सामान पिया गड्डी जी आऊ बाद च खेड़ ले जे मेरी गल सुन इन्हें कह दी गड्डी जी दाई पता लगे टेंशन ला लाया हां आ दसी ना इन्हों खड़ा घेर ला फोटो खिंच ला दो नंबर का काम है इधर यार चोरी चूरी का कोई काम नहीं भाई तू ए दस दे बरना गड्डी है तू कट लेगा मैं तो लगता नहीं तू कट लेगा भाई देख आ दे सामने देख ला फॉर्च्यूनर सारियां बरना अल्टो सारियां कटियां हुई ने अपन मिनट च खड़ा दने अपन सारा सारा काम कर दियो भाई तू सारा काम कर दे मेरे नवीं गड्डियां आईयां ते खेड़दे खड़े पए ने आए करी फिर साडी इक डिमांड है गड्डी गड्डी आउण सारा ही पता लगे भी खंडिया दी ओए ओ तो साडी जिम्मेदारी है यार ना ना साडी अखां मुरे मेरी गल सुन ला मेरी गल मेरी गल सुन ला यार भाई साडी आखरी इच्छा ही है भी असि आपकी गड्डी आपके सामने टुटती देखी असि लियाईए तोड़ दी तू गड्डी तू आप चक लेगा ना ना भाई तुसी ले आयो ठीक है ना चल असि छड जांगे कोई ना छड जांगे भाई पैसे फिर नाल दे दोगे नाले हां हां देखा मैं पहला गड्डी दा देख लिए भाई गड्डी पूरी जिंदगी तो यार असि गड्डी च मेरी सहेली घुमा रहा मैं सहेली मेरी ना मतलब मेनू देगी धोखा धोखा दे के कनेडा वग गई हूं गड्डी असि फूक तो सकते नहीं असि पैसे पहले बहुत खराब करते हूं गड्डी ओदी है गड्डी ओ एक गल है
ਦੁਨੀਆ ਭਰ ਦਾ ਸਮਾਨ ਪਿਆ ਆ ਦੇਖ ਲੈ ਇੰਜਣ ਜੇ ਕਿੰਨੇ ਪਏ ਨੇ ਓਏ ਇੰਜਣ ਕੀ ਹਾਂ ਤੁਰੋਂ ਲੈ ਤੁਰੋਂ ਚੀਜ਼ ਤੱਕ ਸਾਰੀ ਪਈ ਆ ਨਟ ਤੋਂ ਲੈ ਕੇ ਸਟੀਅਰਿੰਗ ਕੀ ਸੀਟਾਂ ਸੁੱਟਾਂ ਹੀ ਆ ਕੀ ਆ ਏਅਰ ਸਿਲੰਡਰ ਜੇ ਕੀ ਫਿਰ ਸਾਰਾ ਕੁਝ ਆਪਾਂ ਨੂੰ ਪਤਲਾ ਜਾਣ ਦੀ ਤਾਂ ਸਾਧ ਹੁਣ ਲੋੜ ਹੀ ਨਹੀਂ ਮੇਰੇ ਸਾਹਿਬ ਮੈਂ ਤਾਂ ਲੱਗਦਾ ਫਿਰ ਲਹਿਰੇ ਚ ਹੀ ਸਰ ਜਿਆ ਕਰੂ ਸਾਰਾ ਕੁਝ ਓਏ ਗੱਲ ਪੱਕੀ ਆਪਾਂ ਸ਼ੇਰੇ ਪੰਜਾਬ ਵਾਲਿਆਂ ਦੇ ਆਓ ਸਾਰਾ ਸਮਾਨ ਲੈ ਕੇ ਉੱਡ ਜਾਓ ਮੈਨੂੰ ਤਾਂ ਐਂ ਲੱਗਦਾ ਨਾਲੇ ਪਾਤਰਾਂ ਤਾਂ ਕੋਈ ਨਹੀਂ ਜਿਹੜਾ ਬੁੱਕਣ ਜਿਹੜਾ ਰੇਟ ਇਹਨਾਂ ਨੇ ਆਪਾਂ ਨੂੰ ਦੇਤਾ ਰੇਟ ਇਹ ਵੀ ਗੱਲ ਤੇਰੀ ਸਤਾ ਸਿਆਣੀ ਆ ਹਾਂ ਰੇਟ ਵੀ ਠੀਕ ਲਾਉਂਦੇ ਨੇ ਆ ਦੇਖ ਨਵੇਂ ਨਵੇਂ ਸ਼ੌਕ ਆ ਦੇਖ ਆਪਣਾ ਨਾਮ ਲੈ ਕੇ ਕਿਵੇਂ ਵਰਜੀ ਆ ਜਾਣਾ ਕੀ ਕਹਿੰਦੇ ਵੀ ਸੁੱਖਾ ਮਿਸਤਰੀ ਵੀ ਸੁੱਕੇ ਮਿਸਤਰੀ ਨੇ ਭੇਜਿਆ ਹਾਂ ਆ ਦੇਖਾ ਜੋ ਵੀ ਨਵੇਂ 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 ਪਏ ਨੇ ਹਾਂ ਦੇਖ ਲੈ ਕਮਾਲ ਹੈ ਕਰੀ ਆ ਵੀ ਨਵਾਂ ਪਿਆ ਲੈ ਹੈ ਬਾ ਹੁਣ ਆਪਾਂ ਹਰੇਕ ਨੂੰ ਕਹਿਆ ਕਰਾਂਗੇ ਜਿਹੜਾ ਆਪਣੇ ਲਵਿਆ ਕਰੂ ਵੀ ਸ਼ੇਰੇ ਪੰਜਾਬ ਵਾਲੇ ਦੇ ਸਮਾਨ ਲਿਓ ਚੱਲ ਹੁਣ ਚੱਲੀਏ ਬਾਹਲੇ ਜਵਾ ਜੀ ਨਾ ਮਾਰੀ ਜਾ ਦੁਕਾਨ ਤੇ ਜਾ ਕੇ ਵੀ ਦੇਖਣਾ ਉੱਥੇ ਸੰਤ ਸਨੇੜਾ ਲੈ ਜੂ ਚੱਕ ਕੇ ਚਾਹ ਪਾਣੀ ਤਾਂ ਪੀ ਜੀ ਮਾੜਾ ਇਹਨਾਂ ਨੇ ਤੈਨੂੰ ਪਾਣੀ ਗਲਾਸ ਪੈਦਾ ਤੂੰ ਇਹਨਾਂ ਦੇ ਨਾਂ ਗਾਣ ਲੱਗਿਆ ਸੁੱਖਾ ਮਿਸਤਰੀ ਭੁੱਲ ਗਿਆ ਤੂੰ ਚੱਲ ਚੱਲੀਏ ਸੁੱਖਾ ਮਿਸਤਰੀ ਨਾਲ ਦੀ ਸਮਾਨ ਪੁੱਤਰੇ ਮੈਂ ਇੱਥੋਂ ਤਾਂ ਆ ਜਾ ਸਤਾ ਲੈ ਹਾਂ ਓ ਬਿੱਲੇ ਓ ਬਿੱਲਿਆ ਓਏ ਮੇਰੇ ਆ ਸਾਰੇ ਪਏ ਓਏ ਨਟ ਨਹੀਂ ਖੁੱਲਿਆ ਤਾਂ ਥੋਲ ਤੱਕ ਹੱਸੀ ਕਾ ਬਾਈ ਕਰਦੇ ਆ ਬਾਈ ਕਰਦੇ ਹਾਂ ਮੇਰੀ ਅੱਖ ਜੀ ਲੱਗੀ ਤੇ ਪਤਾ ਨਹੀਂ ਲੱਗਿਆ ਬਾਈ ਜੀ ਬੇੜਾ ਮੇਰੇ ਆ ਸਾਰੇ ਮਾਲ ਕੁੱਤੇ ਖੜੇ ਤੈਨੂੰ ਅੱਖ ਦੀ ਪਈ ਹੈ ਫਿਰ ਬਾਲਕ ਨੂੰ ਚਾਹੀਦਾ ਮੇਰੀ ਗੱਡੀ ਠੀਕ ਕਰ ਦੇ ਮਾੜਾ ਮੋਟਾ ਕਰਦੇ ਆ ਬਾਈ ਇੱਥੇ ਜੀ ਕਰਦੇ ਜੀ ਅੱਛਾ ਗੋਲੀ ਜਾਵੇ ਹੈ ਕਰਦੇ ਕਰਕੇ ਦਿੰਨੇ ਉਹਨੇ ਦਿੰਨੇ ਕਰ ਕਰਤੀ ਬਸ ਇੱਕ ਲੱਟ ਜਾ ਰਹਿਣਾ ਤੀ ਖੋਲਣਾ ਕਰਦੇ ਕਰਦੇ ਹਾਂ ਜਲਦੀ ਕਰਦੇ ਉਸਤਾਦ ਐ ਕਰੋ ਜੀ ਤੁਸੀਂ ਮਾੜਾ ਤੇਲ ਫੜ ਲਿਓ ਭੱਜ ਕੇ ਜਾ ਕੇ ਉਦੋਂ ਫੜ ਲਿਓ ਗੋਰੇ ਤੋਂ ਜਾ ਕੇ ਦੇਖ ਕੇ ਜ਼ਰੋਂ ਦਾ ਫੜ ਲਿਓ ਵਧੀਆ ਹੁੰਦਾ ਮੇਰਾ ਸੜਾ ਮਗਲਾ ਤੇਲ ਬਦਲਣ ਦਾ ਅੱਛਾ ਮਹਾ ਕਿਤੇ ਸਿਰ ਤੇ ਲਾਉਣਾ ਜੀ ਆਹੋ ਨਾਲੇ ਕੀ ਕਹਿੰਦਾ ਤੂੰ ਉਹ ਕੌਣ ਕਹਿੰਦੀ ਗਵਾਂਢਣ ਕੀ ਕਹਿੰਦੀ ਸੀ ਓਏ ਉਹ ਬੁਲਬੁਲ ਨਹੀਂ ਹੈਗੀ ਹਾਂ ਉਹ ਕਹਿੰਦੀ ਤੇ ਕਹਿੰਦੀ ਸਾਡੀ ਗੱਡੀ ਨਹੀਂ ਹਲੇ ਤੱਕ ਸਵਾਰੀ ਹੈਗੀ ਮੈਂ ਉਹਨੂੰ ਆਏ ਗੱਪ ਮਾਰਤਾ ਤੀ ਮੈਂ ਸਾਡਾ ਉਸਤਾਦ ਪਾਤੜਾ ਗਿਆ ਹੋਇਆ ਸਮਾਨ ਲੈਣਾ ਉਹ ਆਥਣੇ ਆ ਜੀ ਕਾਹਦੇ ਵਾਸਤੇ ਆ ਜੀ ਮੇਰੇ ਸੜਿਆ ਗੱਡੀ ਤਾਂ ਹਲੇ ਆਈ ਨਹੀਂ ਹੈਗੀ ਉਹ ਕਿਹੜਾ ਆਉਣ ਲੱਗ ਰਹੀ ਹੈ ਮੈਂ ਤਾਂ ਉਹ ਹੀ ਕਹਿਤਾ ਤੀਗਾ ਉਹ ਮੇਰੇ ਸਾਲਿਆ ਗੱਡੀ ਕਿਰਾਏ ਤੇ ਭੇਜੀ ਹੋਈ ਹੈ ਦਿੱਲੀ ਛੱਡ ਕੇ ਆਣਾ ਬੰਦਾ ਉਧਰ ਭੇਜੀ ਹੋਈ ਹੈ ਗੱਡੀ ਤੂੰ ਹੀ ਕਿਹਾ ਇਹਨੂੰ ਓਹੋ ਉਸਤਾਦ ਕੋਈ ਚੱਕਰ ਨਹੀਂ ਹੈਗਾ ਉਹ ਆਉਣ ਵਾਲੀ ਨਹੀਂ ਹੈਗੀ ਐਡੀ ਮੈਨੂੰ ਪਤਾ ਉਹਦਾ ਉਹ ਜੇ ਆ ਗਈ ਉਰੇ ਸਿਆਪਾ ਪਾ ਦੇਗਾ ਮੈਂ ਹੈਗਾ ਉਸਤਾਦ ਮੈਂ ਪਿਆ ਹਾਂ ਤੂੰ ਪੇ ਹੀ ਰਹਿ ਜਾਏਗਾ ਛਿੱਤਰ ਤਾਂ ਆ ਗਏ ਜੀ ਆ ਗਏ ਆ ਕਾ ਇੰਜਣ ਕਸਮ ਲੱਗ ਰਿਹਾ ਜੇ ਤਾਂ ਇੰਜਣ ਇੰਜਣ ਖਰਾਬ ਹੋ ਗਿਆ ਸੀਗਾ ਨਾ ਪਹਿਲੇ ਮੇਰੀ ਗੱਲ ਸੁਣੋ ਹਾਂਜੀ ਤੁਸੀਂ ਗੱਡੀ ਠੀਕ ਕਰਕੇ ਦੇਣੀ ਹੈ ਕਿ ਨਹੀਂ ਮੈਂ ਤੁਹਾਡੀ ਰਿਪੋਰਟ ਕਰ ਦਾਂਗੀ ਨਾ ਗੱਡੀ ਠੀਕ ਕਰ ਦਾਂਗੇ ਜੀ ਕਿਹੜੀ ਗੱਡੀ ਸੀ ਆਪਣੀ ਸ਼ਿਫਟ ਸੀਗੀ ਕਿੱਥੇ ਹੈ ਓਏ ਬਿੱਲੇ ਓਏ ਬਿੱਲੇ ਓ ਬਿੱਲੇ ਇਹ ਤਾਂ ਜੀ ਨੀਚੇ ਹੋ ਗਿਆ ਜੀ ਮਣ ਗਿਆ ਮੈਂ ਖਿੱਚਦੀ ਓਏ ਉੱਠ ਸਾਸੀ ਘਰ ਪਾਪੀ ਖੜ ਜਾ ਓਏ ਖੜ ਜਾ ਜੀ ਖੜ ਤੁਸੀਂ ਗੁੱਸਾ ਨਾ ਕਰੋ ਓਏ ਇਹਨਾਂ ਦੀ ਗੱਡੀ ਸੀ ਸਵਿਫਟ ਵਾਲੀ ਓਏ ਕਿਹੜੀ ਕੰਪਨੀ ਦੀ ਸੀ ਕੰਪਨੀ ਸਵਿਫਟ ਦੀ ਸੀ ਕਿ ਹੋਰ ਕੀ ਮੈਥੋਂ ਛਿੱਤਰ ਖਾਇਆ ਅੱਛਾ ਅੱਛਾ ਭਾਬੀ ਉਹ ਜਿਹੜੀ ਸਵੇਰੇ ਕਹਿ ਦਿੱਤਾ ਹੈ ਹਾਂ ਅੱਛਾ ਉਹ ਤਾਂ ਤਿਆਰ ਹੈ ਪਤਾ ਕੀ ਗੱਲ ਹੁੰਦੀ ਹੈ ਭਰਜਾਈ ਕਈ ਵਾਰ ਜਿਹੜੀਆਂ ਆਪਦੀਆਂ ਘਰ ਦੀਆਂ ਗੱਡੀਆਂ ਹੁੰਦੀਆਂ ਨੇ ਉਹਨਾਂ ਤੇ ਟਾਈਮ ਲੱਗ ਜਾਂਦਾ ਹੁਣ ਜਿਹੜਾ ਗਾਹਕ ਹੁੰਦਾ ਉਹਨੂੰ ਤਾਂ ਆਪਾਂ ਤੋਰ ਦਿੰਦੇ ਹਾਂ ਭਰਜਾਈ ਫੇਰ ਵੀ ਆਪਦੀਆਂ ਤੂੰ ਮਤਲਬ ਕਿ ਵੀ ਸਾਡੇ ਗੁਆਂਢ ਦੀ ਗੱਲ ਹੈ ਸਾਰੀ ਉਹ ਗੱਡੀ ਦਾ ਅਸੀਂ ਨੇ ਇੰਜਣ ਇਹੋ ਜਿਹਾ ਬੰਨਿਆ ਮੇਰੇ ਸਾਡੇ ਜੀ ਚਾਹੇ ਫੋਰਚੂਨਰ ਦਾ ਕਵਰ ਭਜਾ ਲਈ ਹਾਂ ਹਾਂ ਬਥੇਰੇ ਗੱਲਾਂ ਨਾ ਮਾਰੋ ਜੈ ਜੇ ਤੁਹਾਡੇ ਆ ਗੱਲਾਂ ਮੇਰੀ ਗੱਲ ਸੁਣਨਾ ਓਏ ਖੜ ਜਾ ਭਾਬੀ ਮੇਰੀ ਗੱਲ ਸੁਣ ਲੈ ਜੇ ਹੱਥ ਨੇ ਗੱਡੀ ਘਰੇ ਨਾ ਗਈ ਨਾ ਫਿਰ ਤੂੰ ਨਾ ਆਈ ਕੰਮ ਤੇ ਬਸ ਤੂੰ ਨਾ ਆਈ ਕੰਮ ਤੇ ਹੋ ਰਿਹਾ ਹੁਣ ਤਾਂ ਹੱਥ ਨਹੀਂ ਹੈ ਇਹ ਤਾਂ ਹਨੇਰਾ ਜਾ ਹੋ ਰਿਹਾ ਬੱਦਲ ਹੋ ਰਿਹਾ ਇਹ ਤਾਂ ਭਰਜਾਈ ਹੋ ਰਿਹਾ ਭਰਜਾਈ ਪਤਾ ਕੀ ਆ ਮੈਂ ਫੋਨ ਕਰਕੇ ਪੁੱਛ ਲੈਣਾ ਦੀਪ ਨੂੰ ਵੀ ਧੋਤੀ ਕਿ ਨਾ ਰਿਪੋਰਟ ਕਰ ਦਾਂਗੀ ਰਿਪੋਰਟ ਕਰ ਲੂ ਕਿਤੇ ਸੀ
ਚੋਰ ਚੱਕੇ ਹਾਂ ਠੱਗਾ ਸੀ ਹਾਂ ਠੱਗਾ ਸੀ ਹਾਂ ਪਹਿਲਾਂ ਕੌਣ ਦਾ ਮੇਰਾ ਉਸਤਾਦ ਪੂਰੇ ਲਹਿਰੇ ਚ ਨਾਮ ਚੱਲਦਾ ਕਿ ਮਰਜੀ ਪੁੱਛਰੀ ਸੁੱਖਾ ਮਿਸਤਰੀ ਸੁੱਖਾ ਮਿਸਤਰੀ ਹਾਂ ਆਹੋ ਤਾਂ ਹੀ ਤੇ ਮਹੀਨਾ ਹੋ ਗਿਆ ਗੱਡੀ ਰੇ ਠੀਕ ਹੋਈ ਨਹੀਂ ਥੋੜ ਤੋਂ ਮਾਰ ਜਾ ਹੀ ਅਸੀਂ ਪਤਾ ਕੀ ਆਪਦੇ ਬੰਦੇ ਦਾ ਕੰਮ ਹੈ ਜਿਹੜਾ ਰੀਜਾ ਲਾ ਕੇ ਕਰਦੇ ਹੁੰਨੇ ਆ ਸਮਝਾ ਪਹਿਲਾਂ ਤਾਂ ਸਾਰੇ ਇੰਜਨ ਚ ਆਕਸੀਜਨ ਪਾਇਆ ਆਕਸੀਜਨ ਖਤਮ ਹੋ ਰਹੀ ਸੀ ਸਮਝਾ ਸਮਝਾ ਕਾਰਬਨ ਡਾਈਆਕਸਾਈਡ ਦੀ ਘਾਟ ਤੇ ਉਹ ਪਾਇਆ ਐ ਕੀ ਖਰਜਾ ਖਰਜਾ ਕਿਹੜਾ ਕਾਰਬਨ ਡਾਈਆਕਸਾਈਡ ਉਹ ਪਖਾਈ ਇੰਜਨ ਦੇ ਵਿੱਚ ਪੈਂਦਾ ਹੁੰਦਾ ਤੈਨੂੰ ਨਹੀਂ ਪਤਾ ਉਹ ਮੇਰਿਆ ਸਾਲਿਆ ਖਰਜਾ ਮੈਨੂੰ ਕਰ ਲੈਂਦੇ ਗੱਲ ਮੈਂ ਇਹ ਕਹਿੰਦਾ ਸੀ ਭਰਜਾਈ ਪਤਾ ਕੀ ਹੈ ਦੇਖ ਤੂੰ ਹੈਗੀ ਹੈ ਸੋਹਣੀ ਸੁਨੱਖੀ ਹੁਣ ਜਦੋਂ ਬਾਹਰ ਅੰਦਰ ਜਾਨੀ ਹੈ ਜੇ ਏਸੀ ਨਾ ਲਾਇਆ ਤੇਰਾ ਰੰਗ ਖਰਾਬ ਹੋ ਜੂ ਉਹ ਏਸੀ ਵਾਲਾ ਉਹਦੀ ਜਿਹੜੀ ਹਵਾ ਸੀਗੀ ਉਹ ਘੱਟ ਠੰਡੀ ਸੀਗੀ ਹੁਣ ਅਸੀਂ ਫਰਿੱਜਾਂ ਤੋਂ ਗੈਂਸ ਫੜ ਕੇ ਲਏ ਆ ਬਰੇ ਸਾਲੇ ਦੀ ਛੇਮਲੇ ਤੋਂ ਬਰਫ ਲੈਂਦੀ ਦੀ ਪਹਿਲਾਂ ਛਪਾਈ ਛਲ ਪਾਈ ਆ ਚਾ ਬਰਫ ਦੀ ਪਾਤੀ ਉਹ ਚਾਹੇ ਜੇ ਵੀ ਠੰਡਾ ਕਰੋ ਹਾਂ ਸਹੀ ਗੱਲ ਹੈ ਹਨਾ ਤਾਂ ਮੇਕਅਪ ਹਾਂ ਉਹੀ ਤਾਂ ਗੱਲ ਹੈ ਭਰਜਾਈ ਤੂੰ ਭਰਜਾਈ ਹਾਂ ਘਰੇ ਜਾ ਤੇਰੇ ਹੁਣ ਤੋਂ ਪਹਿਲਾਂ ਗੱਡੀ ਆਈ ਹਾਂ ਗੱਲ ਗੱਡੀ ਆਪੇ ਕਿਰਾਏ ਤੇ ਤੋਰਤੀ ਆਪੇ ਮੈਨੂੰ ਮਾੜਾ ਬਣਾਤਾ ਉਹਦੇ ਮੂਹਰੇ ਤੇਰੇ ਮੇਰੇ ਸਲ ਦੇ ਗਰਦਨ ਚ ਨਾ ਮੈਂ ਰਾੜ ਮਾਰੂ ਮੇਰੇ ਸਲ ਦੇ ਮੇਰੀ ਗੱਲ ਸੁਣ ਪਤਾ ਕੀ ਹੈ ਜੇ ਹੁਣ ਭਰਜਾਈ ਨੂੰ ਪਤਾ ਲੱਗ ਜਾਂਦਾ ਵੀ ਉਹ ਸਾਡੀ ਗੱਡੀ ਕਿਰਾਏ ਤੇ ਭੇਜੀ ਹੈ ਸਲਿਆ ਆਪਣੇ ਤੇ ਸਕੀਮ ਪੈ ਜਾਂਦੀ ਇਹ ਤਾਂ ਹੁਣ ਮੈਂ ਤੇਰੇ ਤੇ ਸਕੀਮ ਪਾ ਕੇ ਭਰਜਾਈ ਨੂੰ ਸਕੀਮ ਪਾਈ ਹੈ ਸਕੀਮੀ ਵਾਹ ਹੋ ਰਿਹਾ ਤੂੰ ਅੱਜ ਕੱਲ੍ਹ ਲੋਕ ਸਕੀਮ ਲਾ ਦਿੰਦੇ ਨੇ ਤੇਰੇ ਤੇ ਤੂੰ ਤਾਂ ਫਿਰ ਵੀ ਸਕੀਮ ਲਾ ਸਕਦਾ ਚਪੇੜੇ ਨਾ ਖਾਲੀ ਕਰ ਲੈ ਕੰਮ ਚੱਲ ਕੋਈ ਨਾ ਸਤਾ ਮੈਨੂੰ ਹੱਸ ਮਾਰ ਲਾ ਤੇ ਡਿਸਟਰਬ ਨਾ ਕਰ ਮੈਂ ਕਰਦਾ ਨਾਲੇ ਠੀਕ ਹੈ ਹਾਂ ਕੀ ਕਰਦਾ ਸਤਾ ਲਾਇਆ ਕਰ ਤੂੰ ਇਹਨੇ ਕੱਪੜੇ ਮਾਰ ਦਿਓ ਗੱਡੀ ਖੜੀ ਆ ਬਾਰੇ ਮਾਰਦਾ ਬਿੱਲੇ ਕਿਵੇਂ ਆ ਵਧੀਆ ਬਾਈ ਤੂੰ ਦੱਸ ਓਏ ਵਰਕਸ਼ਾਪ ਤੇ ਨਹੀਂ ਹੈਗੇ ਤੁਸੀਂ ਉਰੇ ਬੈਠੇ ਕੀ ਕਰਦੇ ਹੋਗੇ ਓ ਮੈਂ ਤਾਂ ਪੱਖੇ ਜੇ ਤੇ ਪਾਣੀ ਮਾਰ ਰਿਹਾ ਸੀ ਕਿਵੇਂ ਆਏ ਸੀ ਵਰਕਸ਼ਾਪ ਤੇ ਖੜ ਜਾ ਕਰੋ ਕਿਵੇਂ ਦੇ ਲੱਗਦੇ ਹੁਣ ਰੋਜ਼ ਤਾਂ ਮੈਂ ਗੇੜੇ ਮਾਰ ਕੇ ਜਾਣਾ ਤੁਹਾਡੇ ਲਈ ਤੇਰਾ ਸਾਲ ਕਿੱਥੇ ਹੋਏ ਉਸਤਾਦ ਤਾਂ ਉਰੇ ਹੋਊਗਾ ਕਿਵੇਂ ਕੰਮ ਦੱਸ ਗੱਡੀ ਵਿਹਲਾ ਨਹੀਂ ਗੱਡੀ ਲੈਣ ਆਇਆ ਮੈਂ ਗੱਡੀ ਹਾਂ ਗੱਡੀ ਲੈ ਜੀ ਗੱਡੀ ਤੇਰਾ ਤੀਜੇ ਦਿਨ ਦਾ ਕੰਮ ਗੱਡੀ ਲੈਣ ਆਇਆ ਨਾ ਪੈਸੇ ਨਹੀਂ ਦਿੰਦਾ ਹੋਰ ਨਹੀਂ ਆਇਆ ਗੱਡੀਆਂ ਨਹੀਂ ਮਿਲਦੀਆਂ ਓਏ ਪੈਸੇ ਦੇਣ ਆਇਆ ਤੁਹਾਡੇ 50 ਫੋਨ ਆ ਜਾਂਦੇ ਨੇ ਦਿਹਾੜੀ 'ਚ ਆ ਚੱਕੋ ਆਪਦੇ ਪੈਸੇ ਅੱਜ ਮੇਰੀ ਜਾਨ ਦੁਖੀ ਕਰਕੇ ਤੁਸੀਂ ਨੇ ਹੱਲ ਫੜੋ ਬਾਈ ਮੇਰੀ ਗੱਲ ਤਾਂ ਹੁਣ ਪੈਸੇ ਨਾ ਕੋਈ ਨਾ ਗੱਡੀਆਂ ਤਾਂ ਰੋਦੀਆਂ ਜਾਂਦੀਆਂ ਰਹਿੰਦੀਆਂ ਨੇ ਕਰ ਤੂੰ ਮੁੰਡਿਆ ਕੁਰਸੀ ਦੇ ਕੇ ਨਹੀਂ ਮੜਿਆ ਬਾਈ ਨੂੰ ਬਹਿ ਜੂਗਾ ਓਏ ਬੈਣ ਦਾ ਟਾਈਮ ਨਹੀਂ ਮੈਂ ਜਾਣ ਆ ਗਿਆ ਆ ਫੜ ਪੈਸੇ ਆਪਦੇ ਆ ਕੇ ਜਾਾਂਗੇ ਆਪਣਾ ਭਾਈਆਂ ਦਾ ਪਿਆਰਾ ਕੋਈ ਨਾ ਪੈਸੇ ਰੱਖ ਤੂੰ ਪੈਸੇ ਦਾ ਕੋਈ ਗੱਲ ਨਹੀਂ ਆਉਂਦੀ ਜਾਂਦੀ ਜੀ ਓਏ ਲੈ ਲੈ ਅੱਜ ਮੈਂ ਤੈਨੂੰ ਪੈਸੇ ਦਿੰਨਾ ਨਹੀਂ ਮੈਂ ਦੇਣੇ ਨਹੀਂ ਮੇਰੀ ਗੱਡੀ ਤੇ ਮੈਂ ਲੇਟ ਹੋ ਰਿਹਾ ਨਾਲੇ ਯਾਰ ਬਾਗ ਜੀ ਸਾਹਿਬ ਤੂੰ ਬੈਠ ਜਾ ਬੈਠ ਤਾਂ ਜਾ ਤੂੰ 10 ਮਿੰਟ ਉਸਤਾਦ ਆਉਂਦਾ ਹੋਊਗਾ ਮੈਂ ਉਸਤਾਦ ਮਾਰੇਗਾ ਬੰਦ ਕਰੀ ਮੁੰਡਿਆ ਕਮਾਲ ਕਰਦੇ ਹੋ 15-15 ਫੋਨ ਆਉਂਦੇ ਤੁਹਾਡੇ ਦਿੰਦੇ ਨੀ ਹੈਗੇ ਇੰਨਾ ਟਾਈਮ ਹੋ ਗਿਆ ਰਹਿਣ ਦੇ ਹੁਣ ਨੀ ਲੈਂਦੇ ਪੈਸੇ ਲੈਣੇ ਨੀ ਨਾ ਹੁਣ ਨੀ ਲੈਂਦੇ ਓ ਮੇਰੀ ਗੱਡੀ ਦੇ ਦੋ ਤੁਸੀਂ ਵਾਲੀਆਂ ਬੁਝਾਰਤਾਂ ਨਾ ਮਾਰੋ ਨਾਲੇ ਉੱਥੇ ਚੱਲੋ ਵਰਕਸ਼ਾਪ ਤੇ ਦੱਸੋ ਕਿੱਥੇ ਖੜੀ ਆ ਗੱਡੀ ਫੜਾਓ ਮੇਰੀ ਗੱਡੀ ਦੀ ਚਾਬੀ ਕਿੱਥੇ ਯਾਰ ਉਸਤਾਦ ਰਹਿਣ ਦੇ ਯਾਰ ਤੂੰ ਜਵਾਬ ਦੇ ਦੇ ਹੁਣ ਆਪਾਂ ਆ ਫੜੋ ਪੈਸੇ ਆਪਦੇ ਉਸਤਾਦ ਜਵਾਬ ਕਿਵੇਂ ਦੇ ਦੀ ਅਗਲੇ ਪੈਸੇ ਫੜ ਆਪਦੇ ਗੱਡੀ ਅਗਲਾ ਪੈਸੇ ਲੈ ਲਓ ਮੇਰੀ ਗੱਡੀ ਗੱਡੀ ਦੇ 2-3 ਦਿੰਨੇ ਬਾਈ ਗੱਡੀ ਆ ਲਓ ਹਾਂ ਦਿੰਨੇ ਖੜ ਜਾ ਹੁਣ ਅੱਗ ਲੱਗੀ ਏ ਤੇਰੇ ਤੈਨੂੰ ਬਥੇਰੇ ਨੂੰ ਪੈਸੇ ਨੂੰ ਕਹਿੰਦੇ ਉਹ ਤਾਂ ਦਿੰਦੇ ਨਹੀਂ ਹੈਗੇ ਉਹ ਬਾਈ ਮੈਂ ਜਾਣਾ ਮੈਨੂੰ ਜ਼ਰੂਰੀ ਕੰਮ ਆ ਮੈਨੂੰ ਗੇੜ ਲਾਉਂਦੇ ਬਾਈ ਹਾਂ ਗੇੜ ਲਾ ਗੇੜ ਲਾ 2 ਖੜ ਜਾ ਬਿੱਲੇ ਖੜ ਜਾ 3-4-5-6 ਪੂਰੇ ਨੇ ਕਿੰਨੇ ਪੈਸੇ ਪੂਰੇ ਨੇ ਜਿੰਨੇ ਤੁਸੀਂ ਕਿਹਾ ਸੀ ਉਹਨੇ ਦਿੱਤੇ ਆ ਪੂਰੇ 4000 ਕਿਹਾ ਸੀ ਤੈਨੂੰ ਕਿੰਨੇ ਨੇ ਪੂਰੇ ਨੇ ਸਾਰਾ ਅੱਛਾ 4 ਹੈ ਦੁਬਾਰੇ ਗਣ ਲਓ ਵਿਆਜ ਲੱਗੂ ਬਾਈ ਕਾਹਦਾ ਵਿਆਜ ਵਿਆਜ ਲੱਗੂ ਬਾਈ ਕਾਹਦਾ ਵਿਆਜ ਪੈਸੇ ਬੋਰਡ ਦੇ ਮੈਂ ਕਰ ਦਾਂ ਆ ਲੈ ਬਾਈ ਪੈਸੇ ਆਪਦੇ ਓ ਮੈਨੂੰ ਮੇਰੀ ਗੱਲ ਸੁਣੋ ਕਿੱਥੇ ਹੈ ਗੱਡੀ ਕਿੱਥੇ ਹੈ ਗੱਡੀ ਕਿੱਥੇ ਹੈ ਕਿੱਥੇ ਗੱਡੀ ਓਏ ਗੱਡੀ
ਖੜੀ ਹੈ ਗੱਡੀ ਕਿੱਥੇ ਜਾਣੀ ਹੈ ਦਿਓ ਗੱਡੀ ਚਲੋ ਚਲੋ ਬਸ ਸਾਹਿਬ ਦਿਓ ਮੇਰੀ ਗੱਡੀ ਤੇ ਉਸਤਾਦ ਨੂੰ ਕੰਮ ਹੈ ਉਸਤਾਦ ਤੂੰ ਜਾ ਮੈਂ ਜਾਵਾਂ ਤੂੰ ਜਾ ਮੈਂ ਗੱਡੀ ਦੇ ਦੀ ਬਾਈ ਨੂੰ ਵੇ ਆਪੀ ਦੇ ਦੂੰ ਤੂੰ ਜਾ ਬਾਈ ਠੰਡਾ ਠੰਡਾ ਪੀਣਾ ਦਿਲ ਘਬਰਾਊਗਾ ਤੇਰਾ ਆ 4000 ਰੁਪਿਆ ਫੜ ਪਹਿਲਾਂ ਤੂੰ ਪੈਸੇ ਨਹੀਂ ਸੀ ਫੜਦੇ ਦੇਖ ਆਏ ਨਹੀਂ ਹਾਂ ਪਹਿਲਾਂ ਗੱਡੀ ਦੇ ਮੰਗੇ ਗੱਡੀ ਦੇਵਾਂਗੇ ਚਲੋ ਫੇਰ ਚਲੋ ਚੰਗਾ ਕਿੱਥੇ ਚੱਲੀਏ ਵਰਕਸ਼ਾਪ ਚਲੋ ਆ ਧੋ ਲੈ ਬਈ ਦਿਓ ਮੇਰੀ ਗੱਡੀ ਮੇਰੀ ਗੱਲ ਸੁਣ ਲੈ ਬਾਈ ਤੂੰ ਵਰਕਸ਼ਾਪ 'ਚ ਜਾ ਕੇ ਬੈਠ ਇੱਕ ਮਿੰਟ ਅਸੀਂ ਆ ਪੱਖਾ ਧੋ ਲਈਏ ਚਲੋ ਆ ਜਾਓ ਆ ਜਾਓ ਆ ਜਾ ਜਾ ਬਾਈ ਜਾ ਆ ਜਾਓ ਆ ਜਾਓ ਕੋਈ ਨੰਬਰ ਉੱਥੇ ਜਾਣਾ ਹੁਣ ਗੱਡੀ ਕਿੱਥੋਂ ਦੇਵਾਂਗੇ ਗੱਡੀ ਤਾਂ ਅਗਲੇ ਦੀ ਦੇਣੀ ਪੁਸਤਾ ਲਾਉਣ ਜਾ ਫਿਰ ਮੈਂ ਦੱਸਦਾ ਨਾ ਵੀ ਤਾਂ ਪਹਿਲੇ ਤਾਂ ਸਾਲਾ ਪੈਸੇ ਨਹੀਂ ਦਿੰਦਾ ਸੀ ਤਾਂ ਹੀ ਤਾਂ ਗੱਡੀ ਵੇਚੀ ਹੈ ਚੱਕ ਕੇ ਉਹਦੀ ਆਪਾਂ ਨੇ ਫਿਰ ਉਸਤਾਦ ਹੁਣ ਤੇਰੀ ਗਲਤੀ ਹੋ ਤਾਂ ਤੂੰ ਦੇਖ ਨਹੀਂ ਸਕਦਾ ਤੇ ਅਗਲੇ ਦੀ ਗੱਡੀ ਬਿਨਾਂ ਪੁੱਛੇ ਵੇਚਤੀ ਮੇਰਾ ਸਾਲਿਆ ਉਹ ਤਾਂ ਤੂੰ ਹੀ ਸਲਾਹਾਂ ਦਿੰਦਾ ਸੀਗਾ ਭੁੱਕੀ ਮੁੱਕੀ ਪਈ ਸੀਗੀ ਵੀ ਉਸਤਾਦ ਵੇਚ ਦੇ ਫਿਰ ਹੁਣ ਉਸਤਾਦ ਹੁਣ ਚੱਲ ਐਂ ਕਰਦੇ ਹੁਣ ਗਲਤੀ ਤਾਂ ਹੋ ਗਈ ਮੈਂ ਸਾਂਭਣਾ ਨਾ ਮਾਫੀ ਮੰਗ ਲਈਏ ਵਾ ਫਿਰ ਉਸਤਾਦ ਤੈਨੂੰ ਤਾਂ ਫੈਟੂਗਾ ਬਹੁਤ ਉਹ ਮੈਂ ਤੈਨੂੰ ਦੱਸਾਂ ਤੇਰੇ ਤੇ ਪਹਿਲੀ ਬਹੁਤ ਲੱਗਦਾ ਚੱਲ ਐਂ ਕਰਦੇ ਫਿਰ ਤੂੰ ਤੂੰ ਸਾਂਭ ਲਈ ਮੈਂ ਤਾਂ ਜਾਣਾ ਐਂ ਕਰ ਉਸਤਾਦ ਹਾਂ ਤੂੰ ਟਿੱਪ ਜਾ ਹਾਂ ਮੈਂ ਉਹਨੂੰ ਦੱਸ ਕੇ ਭੱਜ ਲੂੰ ਤੂੰ ਭੱਜ ਲਈ ਹਾਂ ਮੈਂ ਜਾ ਮੇਰਾ ਨਾਂ ਨਾ ਲੈ ਜੀ ਮੇਰਾ ਸਾਲਿਆ ਮੇਰਾ ਨਾਂ ਨਾ ਲੈ ਦੀ ਨਹੀਂ ਨਾ ਤਾਂ ਨਾ ਤਰਾ ਤੂੰ ਉੜ ਲੈ ਹਾਂ ਬਾ ਮੈਂ ਚੱਲਾਂ ਤਿੱਤਰ ਫੰਗੀ ਹੋ ਜਾ ਆ ਗਿਆ ਬਾਈ ਆ ਗਿਆ ਕਿੱਧਰ ਲਾਤੀ ਗੱਡੀ ਮੇਰੇ ਲਈ ਓਏ ਇੰਨਾ ਹੀ ਤਾਂ ਕੋਈ ਵੀ ਨਹੀਂ ਹੈਗੀ ਗੱਡੀ ਕਿੱਧਰ ਲਾ ਗਈ ਮੇਰੇ ਲਈ ਯਾਰ ਉਹ ਤਾਂ ਕਹਿੰਦਾ ਵਰਕਸ਼ਾਪ 'ਚ ਖੜੀ ਆ ਓਏ ਆ ਜਾ ਬਿੱਲਿਆ ਓ ਬਿੱਲੇ ਬੋਲਦਾ ਵੀ ਨਹੀਂ ਹੈਗਾ ਹੋਰ ਬਾਈ ਤੁਸੀਂ ਕਿਵੇਂ ਖੜੇ ਹੋ ਬਾਈ ਯਾਰ ਇੱਕ ਬੈਲਟ ਪਾਉਣੀ ਸੀ ਅੱਜ 4 ਦਿਨ ਹੋ ਗਏ ਉਹੀ ਨਹੀਂ ਪਾ ਰਹੇ ਕੰਪਰੈਸ਼ਰ ਵਾਲੀ ਅੱਛਾ ਤੇ ਬੰਦੇ ਠੀਕ ਨਹੀਂ ਲੱਗਦੇ ਮੈਨੂੰ ਬੰਦੇ ਜਾਲੂ ਜੇ ਮੈਂ ਵੀ ਫਸ ਗਿਆ ਨਾ ਲਵੇ ਗੱਡੀ ਲਾ ਕੇ ਮੇਰੇ ਲਈ ਗੱਡੀ ਪਤਾ ਨਹੀਂ ਠੀਕ ਕਰਕੇ ਕਿੱਥੇ ਲਾਤੀ ਆ ਗਿਆ ਬਿੱਲਾ ਹਾਂ ਬਾਈ ਬੋਲ ਲਿਆ ਗੱਡੀ ਕਿਹੜੀ ਕਿਹੜੀ ਗੱਡੀ ਮੇਰੀ ਗੱਡੀ ਹੋਰ ਕਿਹੜੀ ਅੱਛਾ ਤੇਰੇ ਵਾਲੀ ਵਰਨਾ ਹਾਂ ਉਹ ਲੈ ਪੈਸੇ ਲੈ ਲੈ ਪਹਿਲਾਂ ਪੈਸੇ ਲੈ ਲੈ ਭਾਈ ਪੈਸੇ ਦੀ ਬੜੀ ਗੱਲ ਕਰੀ ਨਾ ਸਤਾਰ ਪੈਸੇ ਤਾਂ ਜੋਦੀ ਜਾਂਦੀ ਚੀਜ਼ ਹੈ ਓਏ ਪੈਸੇ ਲੈ ਲੋ ਮੈਂ ਸੁੱਕ ਸੁੱਕ ਨਾਲ ਗੋਡੇ ਗੋਡੇ ਚੜੀ ਪਈ ਹੈ ਤੂੰ ਮੈਂ ਉਹਦੀਆਂ ਗੱਲਾਂ ਛੱਡ ਤੂੰ ਐਂ ਦੱਸ ਵੀ ਪੈਸੇ ਲੈਣੇ ਨੇ ਕਿ ਨਾ ਪੈਸੇ ਤਾਂ ਅਸੀਂ ਦੇਖ ਲੈਂਦੇ ਨਹੀਂ ਅੱਛਾ ਹੋਰ ਤਾਂ ਗੱਲ ਕੀ ਠੰਡਾ ਤੱਤਾ ਪੀਏਗਾ ਦਿਲ ਦਾ ਭਰਾ ਉਤਰ ਮੈਨੂੰ ਚਾਬੀ ਦੇ ਚਾਬੀ ਦਾ ਗੱਲੀ ਦਾ ਕੀ ਕਰੇਗਾ ਕਿਉਂ ਉਹ ਗੱਲ ਪਤਾ ਕੀ ਹੈ ਉਸਤਾਦ ਹਾਂ ਗੱਲ ਤਾਂ ਇਹ ਹੋਈ ਵੀ ਜਿਹੜੀ ਗੱਡੀ ਦੇ ਮੇਰੀ ਗੱਲ ਸੁਣ ਚੱਜ ਦੀ ਗੱਲ ਸੁਣਾਈ ਮੈਨੂੰ ਚੱਜ ਦੀ ਦੱਸਦਾ ਲਾਸਟ ਗੱਲ ਕਰੂੰ ਇਸ ਤੋਂ ਬਾਅਦ ਚ ਭੱਜੂਗਾ ਇਸ ਤੋਂ ਬਾਅਦ ਚ ਨਹੀਂ ਗੱਲ ਕਰਦਾ ਅੱਛਾ ਕੀ ਕਹਿੰਦੇ ਵਿੱਚ ਓਏ ਗੱਲ ਆਇਆ ਵੀ ਜਿਹੜੀ ਗੱਡੀ ਤੇ ਤੂੰ ਪੈਸੇ ਚੱਕੀ ਫਿਰਦਾ ਹਾਂ ਉਹ ਤਾਂ ਗੱਡੀ ਉਸਤਾਦ ਕਵਾੜ ਚ ਵੇਚ ਆਇਆ ਕਵਾੜ ਚ ਵੇਚ ਆਇਆ